ਅੱਜ ਹਾਲਾਤ ਉਸੇ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਦੇ ਅੱਜ ਤੋਂ 100 ਸਾਲ ਪਹਿਲਾਂ ਸੀ। ਕਿ ਅੱਜ ਤੋਂ 100 ਸਾਲ ਪਹਿਲਾਂ ਸਿੱਖਾਂ ਨੇ ਆਪਣੀ ਨੁਮਾਇੰਦਗੀ ਜਿਹੜੀ ਪੰਥਕ ਸੰਸਥਾਵਾਂ ਦੇ ਵਿੱਚ ਕਰਨੀ ਆ ਅਤੇ ਜਿਹੜੀ ਰਾਜਸੀ ਇਸ ਦੁਨੀਆਦਾਰੀ ਦੇ ਢਾਂਚਿਆਂ 'ਚ ਕਰਨੀ ਆ, ਦੋਹਾਂ ਤਰ੍ਹਾਂ ਦੀ ਨੁਮਾਇੰਦਗੀ ਜਿਹੜੀ ਆ, ਸਿੱਖਾਂ ਦੇ ਨੁਮਾਇੰਦੇ ਕੌਣ ਹੋਣ, ਇਹ ਸਿੱਖ ਨਸ ਤੈਅ ਕਰਦੇ, ਇਹ ਅੰਗਰੇਜ਼ ਤੈਅ ਕਰਦੇ ਸੀ। ਆਪਾਂ ਦੇਖਿਆ ਜਿਵੇਂ ਅਰੂਪ ਸਿੰਘ ਦੀ ਦਾ ਨਾਂ ਤਾਂ ਆਪਾਂ ਸਾਰਿਆਂ ਨੂੰ ਯਾਦ ਹੈ, ਕਿਉਂਕਿ ਉਹਨੇ ਜਨਰਲ ਡਾਇਰ ਨੂੰ ਸਿਰੋਪਾ ਦੇ ਦਿੱਤਾ ਸੀਗਾ। ਇਹ ਉਸ ਤਖ਼ਤ ਤੋਂ ਜਿੱਥੋਂ ਸਰਬੱਤ ਦੇ ਭਲੇ ਦੀ ਪ੍ਰਥਾਏ, ਨਿਤਾਣਿਆਂ ਦੀ ਰਾਖੀ ਦੇ ਪ੍ਰਥਾਏ ਹੁਕਮਨਾਮੇ ਹੁੰਦੇ ਰਹੇ, ਉੱਥੇ ਇੱਕ ਜਰਵਾਣੇ ਨੂੰ ਸਿਰੋਪਾ ਮਿਲ ਗਿਆ। ਕਿਉਂ? ਕਿਉਂਕਿ ਤਖ਼ਤ ਦਾ ਪ੍ਰਬੰਧ ਖਾਲਸਾ ਪੰਥ ਕੋਲ ਨਸ ਹੈ, ਅੰਗਰੇਜ਼ਾਂ ਦੇ ਦਿੱਤੇ ਹੋਏ ਨੁਮਾਇੰਦਿਆਂ ਰਾਹੀਂ ਹੋ ਰਿਹਾ ਸੀ। ਅੰਗਰੇਜ਼ ਕਹਿੰਦੇ ਸੀਗੇ ਜੀ ਤੁਸੀਂ ਆਪਣੇ ਨੁਮਾਇੰਦੇ ਭੇਜੋ, ਆਪਾਂ ਗੱਲ ਕਰਦੇ ਹਾਂ। ਹੁਣ ਨੁਮਾਇੰਦੇ ਵੀ ਉਹਨਾਂ ਦੇ ਤੈਅ ਕੀਤੇ ਹੋਏ, ਪੰਥ ਦੀਆਂ ਸੰਸਥਾਵਾਂ ਦੇ ਵੀ, ਰਾਜਸੀ ਸੰਸਥਾਵਾਂ ਦੇ, ਹੁਣ ਗੱਲ ਕਿਹੜੇ ਪਾਸੇ ਜਾਏ। ਅਤੇ ਉਹੀ ਮੋਹਰੇ ਆ ਕੇ ਖੜ੍ਹ ਜਾਂਦੇ ਸੀਗੇ ਪੰਥ ਦੇ ਫੈਸਲੇ ਲੈਣ ਤੋਂ। ਅਤੇ ਔਰ ਮੈਂ ਸਮਝਦਾ ਕਿ ਅੱਜ ਵੀ ਸਥਿਤੀ ਉੱਥੇ ਹੀ। ਤਾਂ ਜਿਹੜਾ ਸਿੱਖਾਂ ਦੀ ਵੋਟ ਪੋਲੀਟਿਕਸ ਦੇ ਵਿੱਚ ਨੁਮਾਇੰਦਗੀ ਹੋਣੀ ਆ, ਉਹਦੇ ਵਿੱਚ ਵੀ ਹੁਣ ਇਹ ਹੋ ਗਿਆ ਕਿ ਵੋਟਾਂ ਦਾ ਰਾਜ ਹੈ, ਅਤੇ ਉਸ ਰਾਜ ਦੇ ਚੱਲਦੇ ਹਾਂ ਸਿੱਖਾਂ ਦੀਆਂ ਆਸਾਂ ਉਮੰਗਾਂ ਅਨੁਸਾਰ ਰਾਜਨੀਤੀ ਕਰਨ ਵਾਲੀ ਕੋਈ ਧਿਰ ਨਹੀਂ ਰਹਿ ਗਈ। ਉਹ ਵੀ ਜਿੱਦਾਂ ਦਿੱਲੀ ਵਾਲੇ ਚਾਹੁੰਦੇ ਨੇ ਉਸ ਤਰ੍ਹਾਂ ਹੀ ਰਾਜਨੀਤੀ ਕਰਦੇ ਨੇ। ਉਹਦੀ ਵਜ੍ਹਾ ਇਹ ਆ ਕਿ ਕਿਰਦਾਰ ਇੰਨੇ ਬੌਣੇ ਨੇ, ਅੱਜ ਆਹ ਇਲੈਕਟ੍ਰੋਨਿਕਸ ਦੇ ਸਾਧਨ ਬਹੁਤ ਹੋ ਗਏ ਆ, ਸਾਰਿਆਂ ਦੀਆਂ ਕਮਜ਼ੋਰੀਆਂ ਲੀਡਰਾਂ ਛੋਟਿਆਂ ਬੜਿਆਂ ਦੀਆਂ ਫੜ ਕੇ ਰੱਖ ਲੈਂਦੇ ਆ, ਅਤੇ ਉਹ ਦਿਖਾ ਦਿੰਦੇ ਆ ਕਿ ਸਾਡੇ ਮੁਤਾਬਕ ਚੱਲਣਾ ਹੈ ਕਿ ਆਹ ਜਾਰੀ ਹੋਵੇ। ਦੂਜੀ ਗੱਲ ਇਹ ਕਰਦੇ ਆ, ਸਾਰਿਆਂ ਦੇ ਨਾਲ ਅਫਸਰਾਂ ਨੂੰ ਜੋੜ ਦਿੰਦੇ, ਅਫਸਰ ਹੈ ਹੀ ਸਾਰੇ ਵੱਡਾ ਹਿੱਸਾ ਕਰਪਸ਼ਨ ਦਾ, ਮਤਲਬ ਨਾ ਹੀ ਅਫਸਰਸ਼ਾਹੀ ਹੈ ਹੁਣ। ਅਤੇ ਉਹ ਸਾਰੇ ਲੀਡਰਾਂ ਨੂੰ ਸਭ ਤੋਂ ਪਹਿਲਾਂ ਇਹ ਸਿਖਾਲਦੇ ਆ ਵੀ ਪੈਸਾ ਕਿੱਥੋਂ ਬਣਨਾ। ਲੀਡਰਾਂ ਦਾ ਆਪਣਿਆਂ ਨੂੰ ਪਤਾ ਹੀ ਆ ਵੀ ਆਪਾਂ ਨੂੰ ਸਾਰੇ ਕਿੰਨੇ ਕੁ ਅਕਲ ਦੇ ਮਾਲਕ ਹੈਗੇ ਇਹ। ਤਾਂ ਉਹ ਪਹਿਲਾਂ ਕਰਪਟ ਕਰਦੇ ਆ, ਕਰਪਟ ਕਰਕੇ ਫਿਰ ਵਿਜੀਲੈਂਸ ਰਾਹੀਂ ਉਹਨਾਂ ਦੀਆਂ ਫਾਈਲਾਂ ਬਣਾ ਲੈਂਦੇ ਆ, ਅਤੇ ਮੁੜ ਕੇ ਉਹਨਾਂ ਦੇ ਥੱਲੇ ਹੀ ਚੱਲਦੇ ਆ। ਤਾਂ ਅੱਜ 100 ਸਾਲ ਬਾਅਦ ਵੀ ਉੱਥੇ ਸਥਿਤੀ ਆ ਕੇ ਖੜ੍ਹੀ ਆ ਕਿ ਸਿੱਖ ਸੰਗਤ ਦੀ ਸਹੀ ਨੁਮਾਇੰਦਗੀ ਨਾ ਤਾਂ ਇਹ ਜਿਹੜੀਆਂ ਵੋਟਾਂ ਵਾਲੀਆਂ ਪਾਰਟੀਆਂ ਅਤੇ ਸੰਸਥਾਵਾਂ ਨੇ ਉਹਨਾਂ 'ਚ ਸਹੀ ਹੋ ਰਹੀ ਆ, ਨਾ ਜਿਹੜੀਆਂ ਪੰਥ ਦੀਆਂ ਆਪਣੀਆਂ ਸੰਸਥਾਵਾਂ ਨੇ ਉਹਨਾਂ 'ਚ ਸਹੀ ਹੋ ਰਹੀ। ਜਦੋਂ ਵੀ ਤੁਸੀਂ ਸਰਬੱਤ ਦੇ ਭਲੇ ਦੇ ਪ੍ਰਥਾਏ ਗੱਲ ਕਹੋਗੇ ਅਤੇ ਉਸ ਗੱਲ ਦੇ ਉੱਤੇ ਖੜੋਗੇ, ਤੁਹਾਡੀ ਲੋਕਪ੍ਰਿਯਤਾ, ਲੋਕਾਂ ਦੀ ਅਰਦਾਸ ਅਤੇ ਗੁਰੂ ਦੀ ਬਖਸ਼ਿਸ਼ ਤੁਹਾਡੇ ਨਾਲ। ਅੱਜ ਵੀ ਤੁਸੀਂ ਇਸ ਸਮਾਜ ਨੂੰ ਬੇਗਮਪੁਰਾ ਦੀ ਨਿਆਈ, ਇੱਕ ਸਾਂਝੀ ਬਾਲਤਾ ਵਾਲਾ, ਪਿਆਰ ਵਾਲਾ, ਬਰਾਬਰੀ ਵਾਲਾ ਸਮਾਜ ਬਣਾਉਣ ਦੀ ਗੱਲ ਕਰੋਗੇ ਅਤੇ ਆਪਣਾ ਅਮਲ ਉਹਦੇ ਅਨੁਸਾਰ ਢਾਲੋਗੇ, ਅਤੇ ਇਕੱਲੇ ਪੰਜਾਬ ਦੀ ਨਹੀਂ ਗੱਲ ਹੈ, ਹਿੰਦੁਸਤਾਨ ਦੀ ਵੀ ਗੱਲ ਨਹੀਂ ਹੈ, ਪੂਰੀ ਦੁਨੀਆ ਦੇ ਵਿੱਚ ਵੱਡਾ ਹਿੱਸਾ ਇਸੇ ਹੀ ਇੱਕ ਗੱਲ ਕਰਕੇ ਤੁਹਾਨੂੰ ਨਮਸਕਾਰ ਕਰੇਗਾ। ਤੋ ਇਹ ਅੱਜ ਸਾਡੇ ਲਈ ਸਭ ਤੋਂ ਵੱਡਾ ਚੈਲੇਂਜ ਹੈ। ਤੋ ਇਹ ਮੈਂ ਸਮਝਣਾ ਕਿ ਅੱਜ ਸਿੱਖਾਂ ਨੂੰ ਇਸ ਗੱਲ ਦਾ ਬਾਰੇ ਵਿਚਾਰ ਕਰਨਾ ਪੈਣਾ ਹੈ ਕਿ ਜਿਹੜੇ ਜਥੇਬੰਦੀਆਂ ਨੇ ਜਾਂ ਜਿਹੜੇ ਲੀਡਰਾਂ ਨੇ ਪੰਥਕ ਸੰਸਥਾਵਾਂ ਦੇ ਰਾਹੀਂ ਸਿੱਖਾਂ ਦੀ ਨੁਮਾਇੰਦਗੀ ਕਰਨੀ ਆ, ਉਹਨਾਂ ਨੂੰ ਸਾਨੂੰ ਉਸ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਵੋਟਾਂ ਵਾਲੀਆਂ ਪਾਰਟੀਆਂ ਤੋਂ ਮੁਕਤ ਕਰਾਉਣਾ ਪੈਣਾ।
ਸ਼ਬਰ ਛਤਰ ਤਖਤ ਜੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 100 ਵਰ੍ਹਾ ਪਹਿਲਾਂ ਯਾਨੀ 1922 ਦੇ ਵਿੱਚ ਬੱਬਰ ਅਕਾਲੀ ਜਿਹੜਾ ਜਥਾ, ਉਹਦੀ ਸਥਾਪਨਾ ਹੋਈ ਸੀਗੀ। ਉਸ ਦੇ ਸੰਬੰਧ ਦੇ ਵਿੱਚ ਜੋ ਬੱਬਰ ਅਕਾਲੀ ਲਹਿਰ ਦੇ ਯੋਧੇ ਸਨ ਅਤੇ ਜਿਸ ਪ੍ਰਯੋਜਨ, ਜਿਸ ਮੰਤਵ ਕਰਕੇ ਉਹਨਾਂ ਨੇ ਇਹ ਲਹਿਰ ਸਾਜੀ, ਜਾਂ ਉਸ ਵਕਤ ਦੇ ਜੋ ਹਾਲਾਤ ਸਨ, ਉਹ ਅੱਜ ਆਪਾਂ ਪੂਰੇ 100 ਸਾਲ ਬਾਅਦ ਅੱਜ ਦੀ ਆਪਣੀ ਸੰਗਤ, ਆਪਣੀ ਆਉਣ ਵਾਲੀ ਪੀੜ੍ਹੀ ਦੇ ਪ੍ਰਥਾਏ, ਉਹਨਾਂ ਸੂਰਬੀਰ ਯੋਧਿਆਂ ਦੀ ਯਾਦ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਦੁਆਬੇ ਦੇ ਵਿੱਚ ਆਪਾਂ ਪ੍ਰੋਗਰਾਮ ਕਰ ਰਹੇ ਹਾਂ। ਮੇਰੇ ਖਿਆਲ 'ਚ ਇਹ 8ਵਾਂ ਪ੍ਰੋਗਰਾਮ ਹੋਵੇ। ਮਹਾਰਾਜ ਕਿਰਪਾ ਕਰਨ, ਜਦੋਂ ਉਹਨਾਂ ਦਾ ਸਥਾਪਨਾ ਹੋਈ ਸੀਗੀ 11 ਸਤੰਬਰ ਤੱਕ, ਉਦੋਂ ਤੱਕ ਆਪਾਂ ਜਿੰਨੀ ਕੁ ਮਹਾਰਾਜ ਨੇ ਸਮਰੱਥਾ ਬਖਸ਼ੀ ਉਸ ਦੇ ਅਨੁਸਾਰ ਵੱਖ ਵੱਖ ਜਗ੍ਹਾ ਦੇ ਉੱਤੇ ਉਹਨਾਂ ਬੱਬਰ ਯੋਧਿਆਂ ਦੀ ਯਾਦ ਦੇ ਵਿੱਚ ਜਿਹੜੇ ਸ਼ਹੀਦ ਹੋਏ, ਜਿਨ੍ਹਾਂ ਨੇ ਉਮਰ ਕੈਦਾਂ ਕੱਟੀਆਂ, ਜਿਨ੍ਹਾਂ ਨੇ 10-10 ਸਾਲ 5-5 ਸਾਲ ਉਮਰ ਕੈਦਾਂ ਕੱਟੀਆਂ, ਜਾਂ ਕੋਰਟ ਕਚਹਿਰੀਆਂ ਦੀ ਖੁਆਰੀ ਝੱਲੀ, ਉਹਨਾਂ ਦੇ ਪਾਏ ਪੂਰਨੇ ਆਪਾਂ ਯਾਦ ਕਰਾਂਗੇ। ਸਿੱਖਾਂ ਦਾ ਜਿਹੜਾ ਇਤਿਹਾਸ ਹੈ, ਉਹੀ ਇਤਿਹਾਸ ਪ੍ਰਵਾਨ ਹੁੰਦਾ, ਜਾਂ ਉਹੀ ਇਤਿਹਾਸ ਅੱਗੇ ਸੁਣਿਆ ਸੁਣਾਇਆ ਜਾਂਦਾ ਹੈ, ਜਿਹੜਾ ਗੁਰਮਤ ਦੇ ਦਾਇਰੇ ਅਨੁਸਾਰ, ਗੁਰਮਤ ਦੀ ਕਸਵੱਟੀ ਉੱਤੇ ਪੂਰਾ ਉਤਰਦਾ ਹੋਇਆ। ਅਤੇ ਪਾਤਸ਼ਾਹ ਦੇ ਪ੍ਰਵਿਰਤੀ ਕਰਮ ਦੇ ਤੌਰ 'ਤੇ ਇਸ ਦੁਨਿਆਵੀ ਜਹਾਨ ਦੇ ਵਿੱਚ ਵਿਚਰਨ ਦੇ ਲਈ ਕੁਛ ਨਿਯਮ ਨੇ, ਕੁਛ ਸਿਧਾਂਤ ਨੇ, ਜਿਨ੍ਹਾਂ 'ਤੇ ਚੱਲਦਿਆਂ ਸਿੱਖਾਂ ਨੇ ਆਪਣੀ ਘਾਲ ਕਮਾਈ, ਸੰਘਰਸ਼, ਸੇਵਾ ਕੀਤੀ। ਤਾਂ ਉਹਨਾਂ ਸਿਧਾਂਤਾਂ ਦੇ ਉੱਤੇ, ਉਹਨਾਂ ਸੰਕਲਪਾਂ ਦੇ ਉੱਤੇ ਚੱਲਦਿਆਂ ਜਿਹੜਾ ਇਤਿਹਾਸ ਸਿਰਜਿਆ ਜਾਂਦਾ, ਉਹ ਗੁਰੂ ਘਰ ਦੇ ਵਿੱਚ ਮਾਨਤਾ ਪ੍ਰਾਪਤ ਹੁੰਦਾ। ਤਾਂ ਪਿਛਲਾ ਆਪਾਂ ਕਿੰਨਾ ਮਰਜ਼ੀ ਇਤਿਹਾਸ ਸੁਣੀਏ, ਉਹ ਬੁਨਿਆਦੀ ਰੂਪ ਦੇ ਵਿੱਚ 4 ਨੁਕਤਿਆਂ ਦੇ ਉੱਤੇ ਹੀ, 4 ਸੰਕਲਪ ਨੇ ਜਿਨ੍ਹਾਂ ਦੇ ਕਰਕੇ ਇਤਿਹਾਸ ਸਿਰਜਿਆ ਜਾਂਦਾ। ਇੱਕ ਇਤਿਹਾਸ ਉਹਨਾਂ ਦਾ ਸੁਣਾਇਆ ਜਾਂਦਾ ਜਿਹੜੇ ਗੁਰੂ ਕੇ ਸਿੱਖ ਸਰਬੱਤ ਦੇ ਭਲੇ ਦੀ ਪ੍ਰਥਾਏ, ਜਿਨ੍ਹਾਂ ਨੇ ਲੋੜਵੰਦਾਂ ਦੀ ਮਦਦ ਕੀਤੀ ਅਤੇ ਉਸ ਮਦਦ ਦੇ ਵਿੱਚ ਬੜੀ ਕਰੜੀ ਸੇਵਾ, ਕਾਲ ਕਮਾਈ ਕੀਤੀ। ਜਿੱਦਾਂ ਆਪਾਂ ਭਾਈ ਮੰਝ ਜੀ ਹੁਣਾਂ ਦਾ ਇਤਿਹਾਸ ਸੁਣਦੇ ਹਾਂ, ਭਾਈ ਕਨ੍ਹੱਈਆ ਜੀ ਹੁਣਾਂ ਦਾ ਇਤਿਹਾਸ ਸੁਣਦੇ ਹਾਂ, ਹੋਰ ਵੀ ਬੜੇ ਗੁਰਸਿੱਖ ਜਿਨ੍ਹਾਂ ਨੇ ਲੋੜਵੰਦਾਂ ਦੀ ਮਦਦ ਕੀਤੀ, ਉਹਨਾਂ ਦਾ ਸਰਬੱਤ ਦੇ ਭਲੇ ਦੇ ਪ੍ਰਥਾਏ ਜੋ ਉਹਨਾਂ ਨੇ ਪੂਰਨੇ ਪਾਏ, ਜੋ ਕਰੜੀ ਕਾਲ ਕਮਾਈ ਸੇਵਾ ਕੀਤੀ, ਉਹਨਾਂ ਦਾ ਇਤਿਹਾਸ ਆਪਾਂ ਸੁਣਦੇ ਸਾਖੀਆਂ ਦੇ ਰੂਪ 'ਚ। ਜਾਂ ਆਪਾਂ ਇਤਿਹਾਸ ਉਹਨਾਂ ਦਾ ਸੁਣਦੇ ਹਾਂ ਜਿਹੜੇ ਗੁਰਮੁਖਾਂ ਨੇ ਇਸ ਸਮਾਜ ਨੂੰ ਬੇਗਮਪੁਰਾਂ ਦੀ ਨਿਆਈ, ਇੱਕ ਸਾਂਝੀਵਾਲਤਾ ਵਾਲਾ, ਇੱਕ ਪਿਆਰ ਵਾਲਾ, ਇੱਕ ਬਰਾਬਰੀ ਵਾਲਾ, ਊਚ ਨੀਚ ਨੂੰ ਖਤਮ ਕਰਕੇ ਬਿਲਕੁਲ ਇੱਕ ਆਦਰਸ਼ ਸਮਾਜ ਸਿਰਜਣ ਦੇ ਲਈ ਘਾਲਣਾ ਕੀਤੀਆਂ, ਉਹਨਾਂ ਦਾ ਆਪਾਂ ਇਤਿਹਾਸ ਸੁਣਦੇ ਹਾਂ। ਕਿਉਂਕਿ ਪਾਤਸ਼ਾਹ ਦੇ ਘਰ ਦੇ ਵਿੱਚ ਇਹ ਨਿਯਮ ਹੈ ਕਿ ਪਾਤਸ਼ਾਹ ਇਕੱਲੇ ਸਿੱਖਾਂ ਦੇ ਪ੍ਰਥਾਏ ਨਹੀਂ,
ਪੂਰੀ ਜਿਹੜੀ ਇਹ ਲੁਕਾਈ ਆ, ਪੂਰੀ ਜਿਹੜੀ ਧਰਤ ਹੈ ਉਹਨੂੰ ਸੋਧਣ ਦਾ ਗੁਰਮਤਿ ਦਾ ਪ੍ਰਯੋਜਨ ਹੈ। ਮਹਾਰਾਜ ਕਹਿੰਦੇ ਕਿ ਚੜ੍ਹਿਆ ਸੋਧਣ ਧਰਤ ਲੁਕਾਈ, ਇਕੱਲੇ ਸਿੱਖਾਂ ਦਾ ਨਹੀਂ ਮਸਲਾ। ਇਸੇ ਕਰਕੇ ਸਾਡੇ ਗੁਰੂ ਘਰਾਂ 'ਚ ਚਾਰ ਦਰਵਾਜ਼ੇ ਹੁੰਦੇ ਨੇ ਕਿ ਸਾਰੀ ਧਰਤੀ ਸਾਰੀ ਲੁਕਾਈ ਨੂੰ ਸੋਧਣ ਦਾ ਸਿਧਾਂਤ ਹੈ। ਤਾਂ ਉਹ ਸੋਧਣ ਦਾ ਜਿਹੜਾ ਰਸਤਾ ਹੈ ਉਹ ਸ਼ਬਦ ਤੋਂ, ਉਹ ਸੱਚ ਨੂੰ ਪ੍ਰਗਟ ਕਰਨ ਤੋਂ ਸ਼ੁਰੂ ਹੁੰਦਾ। ਅਤੇ ਜਿੰਨੇ ਗੁਰਮੁਖ ਹੋਏ, ਜਿਨ੍ਹਾਂ ਨੇ ਆਪ ਨਾਮ ਜਪਿਆ ਅਤੇ ਹੋਰਾਂ ਨੂੰ ਨਾਮ ਜਪਾਇਆ ਅਤੇ ਇਸ ਗੁਰਮਤਿ ਦੀ ਸੋਝੀ ਦਿੱਤੀ, ਗੁਰਮਤਿ ਪ੍ਰਚਾਰ ਕੀਤਾ, ਉਹਦੇ ਨਾਲ ਉਹਨਾਂ ਨੇ ਉਹਨਾਂ ਦੀਆਂ ਬਿਰਤੀਆਂ ਸੋਧੀਆਂ। ਉਹਨਾਂ ਦੀਆਂ ਘਾਲ ਕਮਾਈਆਂ ਦਾ ਇਤਿਹਾਸ ਹੈ, ਜਿੰਨੇ ਵੀ ਮਹਾਂਪੁਰਖ ਹੋਏ ਆਪਾਂ ਉਹ ਜਾਣਦੇ ਹਾਂ। ਜਾਂ ਸਿੱਖਾਂ ਦਾ ਇਤਿਹਾਸ, ਉਹਨਾਂ ਸੂਰਬੀਰ ਯੋਧਿਆਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਇੱਕ ਹਲੇਮੀ ਰਾਜ ਸਥਾਪਿਤ ਕਰਨ ਦੇ ਲਈ ਕੁਰਬਾਨੀਆਂ ਕੀਤੀਆਂ, ਜੰਗ ਲੜੇ। ਹਲੇਮੀ ਰਾਜ ਉਸ ਰਾਜ ਨੂੰ ਕਹਿੰਦੇ ਹੈ ਜਿੱਥੇ ਨਿਆਂ ਹੋਏ, ਜਿੱਥੇ ਸੱਚ ਹੋਏ, ਜਿੱਥੇ ਸੱਚ ਦਾ ਪਹਿਰਾ ਹੋਵੇ। ਕਿਉਂਕਿ ਇਹ ਜਿਹੜਾ ਜਹਾਨ ਹੈ ਇਹ ਹਉਮੈ ਦੇ ਸਾਰੇ ਚੱਕਰ ਦੇ ਵਿੱਚ ਚੱਲਦਾ ਹੈ। ਥੋੜ੍ਹੇ ਲੋਕ ਹੁੰਦੇ ਨੇ ਜਿਨ੍ਹਾਂ 'ਤੇ ਮਹਾਰਾਜ ਕਿਰਪਾ ਕਰਦੇ, ਉਹ ਗੁਰੂ ਕਰਨ, ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ, ਉਹ ਸ਼ਬਦ ਦੇ ਰਾਹੀਂ, ਉਹ ਸੇਵਾ ਦੇ ਰਾਹੀਂ ਸੋਧੇ ਜਾਂਦੇ। ਕਈਆਂ ਦੀਆਂ ਮਨ ਬਿਰਤੀਆਂ ਦੇ ਉੱਤੇ, ਪੁਰਾਤਨ ਚੱਲਿਆਂ ਦੇ ਜਨਮਾਂ ਦੀ ਇੰਨੀ ਮੈਲ ਹੁੰਦੀ ਆ ਕਿ ਉਹ ਗੁਰੂ ਘਰ ਦੀ ਸ਼ਰਨ 'ਚ ਹੀ ਨਹੀਂ ਆਉਂਦੇ ਅਤੇ ਉਹਨਾਂ ਦੀ ਹਉਮੈ ਐਡੀ ਵੱਡੀ ਹੋ ਜਾਂਦੀ ਆ, ਉਹ ਆਪਣਾ ਨੁਕਸਾਨ ਤਾਂ ਕਰਦੇ ਹੀ ਕਰਦੇ ਆ, ਉਹ ਇਸ ਹਉਮੈ ਦੇ ਬਸ ਹੋ ਕੇ, ਸਾਰੇ ਵਿਕਾਰਾਂ ਦੇ ਬਸ ਹੋ ਕੇ ਇਸ ਲੁਕਾਈ ਨੂੰ ਹੀ ਤੰਗ ਕਰਨ ਦੇ ਰਸਤੇ ਚੱਲ ਪੈਂਦੇ ਆ। ਅਤੇ ਉਹ ਅਸੁਰਾਂ ਦਾ, ਦੁਰਜਨਾਂ ਦਾ ਰੂਪ ਧਾਰਨ ਕਰ ਲੈਂਦੇ ਅਤੇ ਸੁਸਾਇਟੀ ਦੇ ਲਈ, ਸਮਾਜ ਲਈ ਸੰਕਟ ਬਣ ਜਾਂਦੇ। ਅਤੇ ਉਹਨਾਂ ਦੁਰਜਨਾਂ ਅਸੁਰਾਂ ਨੂੰ ਖਤਮ ਕਰਕੇ ਨਿਆਂ ਦਾ ਰਾਜ ਸਥਾਪਿਤ ਕਰਨਾ, ਸਚਿਆਰੇ ਅਮਲ ਦਾ ਪਹਿਰਾ ਕਰਨਾ, ਉਹਦੇ ਲਈ ਹਲੇਮੀ ਰਾਜ ਸਥਾਪਿਤ ਕਰਨ ਦੇ ਲਈ ਇਹ ਪਿਛਲੇ 300 ਸਾਲ ਦੇ ਵਿੱਚ ਹਜ਼ਾਰਾਂ ਸੂਰਬੀਰ ਯੋਧੇ ਉਹ ਲੜੇ, ਸ਼ਹੀਦ ਹੋਏ, ਉਹਨਾਂ ਦਾ ਇਤਿਹਾਸ ਹੈ ਸਿੱਖਾਂ ਦਾ ਇਤਿਹਾਸ। ਜਾਂ ਸਿੱਖਾਂ ਦਾ ਇਤਿਹਾਸ ਹੈ ਗੁਰੂ ਖਾਲਸਾ ਜੀ ਦੇ ਬੋਲਬਾਲੇ ਦੇ ਪ੍ਰਥਾਏ। ਗੁਰੂ ਖਾਲਸਾ ਜੀ ਦਾ ਬੋਲਬਾਲਾ ਆਪਣੀ ਨਿਆਰੀ ਪਛਾਣ ਨੂੰ ਬੁਲੰਦ ਕਰਨਾ ਅਤੇ ਸੁਤੰਤਰ ਵਿਚਰਨਾ, ਸੁਤੰਤਰ ਵਿਚਰਨ ਦੀ ਖਾਤਰ ਅਤੇ ਆਪਣੀ ਨਿਆਰੀ ਪਛਾਣ ਨੂੰ ਬੁਲੰਦ ਰੱਖਣ ਦੀ ਖਾਤਰ ਵੀ ਸਿੱਖਾਂ ਨੇ ਬੜੀਆਂ ਘਾਲਣਾਂ ਘਾਲੀਆਂ ਨੇ। ਬੜਿਆਂ ਨੇ ਕਿਹਾ ਕਿ ਤੁਸੀਂ ਆਪਣੀ ਨਿਆਰੀ ਪਛਾਣ ਛੱਡ ਦਿਓ, ਤੁਹਾਡੀ ਜਾਨ ਬਖਸ਼ੀ ਹੋ ਜਾਏ। ਸਾਰਾ ਇਤਿਹਾਸ ਭਰਿਆ ਪਿਆ ਭਾਈ ਤਾਰੂ ਜੀ ਹੁਣਾਂ ਦੀ ਆਪਾਂ ਸਾਖੀ ਸੁਣਨੇ ਹਾਂ। ਤਾਂ ਛੋਟੇ ਘੱਲੂਘਾਰੇ ਦੀ ਇੱਕ ਬੜੀ ਦਿਲਚਸਪ ਇੱਕ ਘਟਨਾ ਹੈ ਕਿ ਜਦੋਂ ਲੱਖੂ ਨੇ ਘੇਰਾ ਪਾਇਆ ਤਾਂ ਉਹਨੇ ਕਿਹਾ ਕਿ ਜਿਹੜਾ ਸਿੱਖ ਆਪਣੇ ਕੇਸ ਕਤਲ ਕਰਕੇ ਬਾਹਰ ਆ ਜਾਏਗਾ ਉਹਨੂੰ ਆਮ ਮਾਫ਼ੀ ਦਿੱਤੀ ਜਾਏ। ਤਾਂ ਸਿੱਖਾਂ ਨੇ ਕਿਹਾ ਕਿ ਨਹੀਂ, ਆਪਦਾ ਹੀ ਨਿਆਰਾਪਨ ਨਹੀਂ ਛੱਡ ਸਕਦੇ ਹੈ, ਸਰੀਰ ਰਹੇ ਨਾ ਰਹੇ। ਤਾਂ ਸਿੱਖਾਂ ਦੀ ਸਟਰਗਲ ਇਹਨਾਂ ਚਾਰ ਪੰਜ ਸੰਕਲਪਾਂ ਕਰਕੇ ਹੀ ਸਦਾ ਰਹੀ ਆ, ਜਾਂ ਸਿੱਖ ਦੀ ਸਟਰਗਲ ਰਹੀ ਆ ਨਿਤਾਣੇ ਦੀ ਧਿਰ ਬਣਨ ਦੇ ਲਈ, ਜਦੋਂ ਵੀ ਕੋਈ ਜੁਰਮਾਨਾ ਚੜ੍ਹ ਕੇ ਆਉਂਦਾ ਉਹਦੀ ਪੱਖਿਆ ਕਰਨ ਦੇ ਲਈ। ਤੋ ਇਸ ਤਰ੍ਹਾਂ ਦਾ ਹੀ ਇਤਿਹਾਸ ਇਹਨਾਂ ਬੱਬਰ ਅਕਾਲੀਆਂ ਦਾ ਸੀਗਾ। ਇਹ ਬੱਬਰ ਅਕਾਲੀ ਜਿੱਥੇ ਆਪਣੀ ਨਿਆਰੀ ਪਛਾਣ ਦੇ ਨੂੰ ਬੁਲੰਦ ਕਰਨ ਦੇ ਲਈ ਲੜੇ, ਜਿਸ ਤਰ੍ਹਾਂ ਅਨਮੋਲ ਸਾਹਿਬ ਨੇ ਦੱਸਿਆ ਕਿ ਪਹਿਲੀ ਸ਼ਰਤ ਇਹ ਵੀ ਸੀ ਕਿ ਜਿਸ ਨੇ ਬੱਬਰ ਅਕਾਲੀ ਜਿੱਥੇ ਜਾਣਾ ਉਹਨੂੰ ਆਪਣੀ ਨਿਆਰੀ ਪਛਾਣ ਧਾਰਨ ਕਰਨੀ ਪੈਣੀ, ਹਾਲਾਂਕਿ ਉਹ ਰੂਪ ਪੋਸ਼ ਸੀਗੇ। ਅੱਜ ਦਾ ਵੀ ਆਪਾਂ ਸੰਘਰਸ਼ ਦੇਖੀਏ ਕਿ ਵੱਡੇ ਵੱਡੇ ਜਿੰਨੇ ਖਾੜਕੂ ਜਰਨੈਲ ਹੋਏ, ਸਾਰਿਆਂ ਦੇ ਰੂਪ ਪੋਸ਼ ਹੁੰਦਿਆਂ ਵੀ ਉਹਨਾਂ ਦੇ ਸਾਰਿਆਂ ਦੇ ਸਰੂਪ ਹੈ ਜਿਹੜੇ, ਉਹ ਪਾਤਸ਼ਾਹ ਦੀ ਬਖਸ਼ੀ ਹੋਈ ਨਿਆਰੀ ਪਛਾਣ ਅਨੁਸਾਰ ਹੀ ਸੀਗੇ।
ਚਾਹੇ ਜਨਰਲ ਲਾਭ ਸਿੰਘ ਦੀ ਆਪਾਂ ਗੱਲ ਕਰੀਏ, ਚਾਹੇ ਭਾਈ ਮਨਵੀਰ ਸਿੰਘ ਹੁਣਾਂ ਦੀ ਗੱਲ ਕਰੀਏ, ਚਾਹੇ ਅਵਤਾਰ ਸਿੰਘ ਬ੍ਰਹਮਾ ਸੀਗੇ, ਚਾਹੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸੀਗੇ, ਜਾਂ ਭਾਈ ਦਲਜੀਤ ਸਿੰਘ ਬਿੱਟੂ ਹੋਣੀ ਸੀਗੇ, ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਵਰਗੇ ਜਿੰਨੇ ਵੀ ਜਰਨੈਲ, ਉਹ ਸਾਰੇ ਹੀ ਇਸ ਨਿਆਰੀ ਪਛਾਣ ਦੇ ਉੱਤੇ ਖੜ ਕੇ ਹੀ ਲੜੇ। ਜਾਂ ਹੁਣ ਵੀ ਭਾਈ ਹਵਾਰਾ ਜੀ ਭੁੱਲਰ ਸਾਹਿਬ, ਭਾਈ ਲਾਲ ਸਿੰਘ ਹੋਣੀ ਬੈਠੇ, ਸਾਰੇ ਇਸ ਨਿਆਰੀ ਪਛਾਣ ਦੇ ਲਈ ਲੜੇ। ਤੋ ਇਹ ਜਿਹੜਾ ਬੱਬਰਾਂ ਦਾ ਇਤਿਹਾਸ ਹੈ, ਬੱਬਰ ਅਕਾਲੀਆਂ ਦਾ ਇਤਿਹਾਸ ਹੈ, ਇਹ ਬਿਲਕੁਲ ਜੋ ਆਦਰਸ਼ ਰੂਪ ਦੇ ਵਿੱਚ ਗੁਰੂ ਖਾਲਸਾ ਪੰਥ ਦਾ ਇਤਿਹਾਸ ਹੋਣਾ ਚਾਹੀਦਾ, ਬਿਲਕੁਲ ਉਹਦੇ ਨੇੜੇ ਤੇੜੇ ਦਾ, ਕਿਉਂਕਿ ਪੂਰਾ ਤਾਂ ਅਕਾਲ ਪੁਰਖ ਹੀ ਹੈ ਜਾਂ ਗੁਰੂ ਹੈ। ਤੋ ਇਸ ਇਤਿਹਾਸ ਦੀ ਇਸ ਕਰਕੇ ਵੀ ਇੱਕ ਵਿਲੱਖਣਤਾ ਹੈ ਕਿ ਇਹ ਅੰਗਰੇਜ਼ ਰਾਜ ਦੇ ਵਿੱਚ ਇੱਕ ਥੋੜ੍ਹੇ ਜਿਹੇ ਖਿੱਤੇ ਦੇ ਵਿੱਚ ਇਹ ਲੜਾਈ ਲੜੀ ਗਈ, ਹੋਣ ਵਾਲੇ ਦੁਆਬੇ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ, ਪਰ ਅੰਗਰੇਜ਼ ਰਾਜ ਨੂੰ ਫੌਜ ਲੈ ਕੇ ਆਉਣੀ ਪਈ। ਹੋਰ ਬਹੁਤ ਵੱਡੀਆਂ ਵੱਡੀਆਂ ਲਹਿਰਾਂ ਹੋਈਆਂ, ਇਦੋਂ ਜ਼ਿਆਦਾ ਵੱਡੀਆਂ ਲਹਿਰਾਂ ਜਿਨ੍ਹਾਂ ਦੀ ਇਲਾਕੇ ਵਾਈਜ਼ ਜਾਂ ਗਿਣਤੀ ਵਾਈਜ਼ ਵਿਆਪਕਤਾ ਬਹੁਤ ਸੀਗੀ, ਪਰ ਉਹ ਸਾਰੀਆਂ ਲਹਿਰਾਂ ਨੂੰ ਦਬਾਉਣ ਲਈ ਅੰਗਰੇਜ਼ਾਂ ਨੂੰ ਫੌਜ ਨਹੀਂ ਲਿਆਉਣੀ ਪਈ ਸੀਗੀ। ਪਰ ਇੱਥੇ ਬੱਬਰ ਅਕਾਲੀਆਂ ਦਾ ਇਸ ਤਰ੍ਹਾਂ ਦਾ ਪਹਿਰਾ ਰਿਹਾ, ਸਖ਼ਤ ਪਹਿਰਾ ਰਿਹਾ, ਕਿ ਇੱਕ ਵਕਤ ਇੱਥੇ ਆਮ ਲੋਕਾਂ 'ਚ ਇਹ ਭਾਵਨਾ ਫੈਲ ਗਈ ਸੀਗੀ ਕਿ ਸਿੱਖਾਂ ਦਾ ਰਾਜ ਹੁਣ ਆਉਣ ਲੱਗਾ, ਅਤੇ ਇਸ ਕਰਕੇ ਇਹ ਲਹਿਰ ਦੂਜੀਆਂ ਲਹਿਰਾਂ ਤੋਂ ਇੱਕ ਇਸ ਕਰਕੇ ਵੀ ਬੜੀ ਨਿਆਰੀ ਹੈ ਕਿ ਇੱਕ ਛੋਟੀ ਜਿਹੀ ਲਹਿਰ ਨੇ ਉਹਦਾ ਪ੍ਰਭਾਵ ਐਡਾ ਵੱਡਾ ਸਿਰਜਿਆ। ਤੋ ਪ੍ਰਭਾਵ ਇਸ ਕਰਕੇ ਐਡਾ ਵੱਡਾ ਸਿਰਜਿਆ ਗਿਆ ਕਿ ਉਹ ਗੱਲ ਸੱਚ ਦੀ, ਉਹ ਗੱਲ ਗੁਰਮਤ ਦੀ ਕਰ ਰਹੇ ਸੀਗੇ, ਇਸੇ ਕਰਕੇ ਲੁਕਾਈ ਦਾ, ਆਮ ਲੁਕਾਈ ਦੀ ਜਿਹੜੀ ਹਮਾਇਤ ਹੈ ਉਹ ਬਹੁਤ ਵੱਡੇ ਰੂਪ ਸੀਗੀ। ਔਰ ਮੈਂ ਬੜਾ ਹੈਰਾਨ ਹੁੰਦਾ ਕਿ ਜਦੋਂ ਬੱਬਰ ਅਕਾਲੀ ਲਹਿਰ ਸ਼ੁਰੂ ਹੋਈ, ਹਾਲਾਂਕਿ ਕਿਸ਼ਨ ਸਿੰਘ ਗੜਗੱਜ ਹੋਣੀ ਜਾਂ ਕਰਮ ਸਿੰਘ ਹੋਣੀ, ਉਹ ਵੱਖਰੇ ਵੱਖਰੇ ਰੂਪ 'ਚ ਪਹਿਲਾਂ ਵੀ ਸਰਗਰਮ ਸੀਗੇ, ਪਹਿਲਾਂ ਵੀ ਉਹਨਾਂ ਨੇ ਗੁਰੂ ਪੰਥ ਦੀ ਸੇਵਾ ਕੀਤੀ ਚੱਕਰਵਰਤੀ ਜਥੇ ਰਾਹੀਂ, ਜਾਂ ਕੇਸਗੜ੍ਹ ਸਾਹਿਬ ਨੂੰ ਆਜ਼ਾਦ ਕਰਨ ਦੇ ਰੂਪ ਦੇ ਵਿੱਚ, ਜਾਂ ਲਿਖਤਾਂ ਦੇ ਰੂਪ 'ਚ। ਔਰ ਬੜੀ ਇੱਕ ਇੰਟਰਸਟਿੰਗ ਗੱਲ ਹੈ ਕਿ ਜਿੰਨੇ ਬੱਬਰ ਸੀਗੇ ਉਹਨਾਂ 'ਚੋਂ ਬਹੁਤ ਵੱਡਾ ਹਿੱਸਾ ਪਹਿਲਾਂ ਪ੍ਰਚਾਰਕ ਸੀਗਾ, ਉਹ ਸੱਚ ਦੀ ਗੱਲ ਦਾ ਪ੍ਰਚਾਰ ਕਰਦੇ ਸੀਗੇ। ਜਿੱਦਾਂ ਹਰੀ ਸਿੰਘ ਹੋਣੀ ਸੀਗੇ ਸੂਣ ਵਾਲੇ, ਉਹ ਵੀ ਪਹਿਲਾਂ ਲਿਖਾਰੀ ਸੀਗੇ, ਕਰਮ ਸਿੰਘ ਹੋਣੀ ਵੀ, ਕਿਸ਼ਨ ਸਿੰਘ ਗੜਗੱਜ ਹੋਣੀ ਵੀ, ਸਾਰੇ ਲਿਖਾਰੀ ਸੀਗੇ। ਤੋ ਸੱਚ ਦੀ ਗੱਲ ਉਹ ਪਹਿਲਾਂ ਤੋਂ ਹੀ ਕਰ ਰਹੇ ਸੀਗੇ। ਅਤੇ ਜਦੋਂ ਬੱਬਰ ਅਕਾਲੀ ਲਹਿਰ ਸ਼ੁਰੂ ਕੀਤੀ, ਉਹ ਰੂਪੋਸ਼ ਹੋ ਗਏ, ਅਤੇ ਰੂਪੋਸ਼ ਹੁੰਦਿਆਂ ਉਹਨਾਂ ਨੇ ਲਗਭਗ ਸਾਲ ਦੇ ਵਿੱਚ 360 ਦੇ ਕਰੀਬ ਲੈਕਚਰ ਦਿੱਤੇ। ਭਗੌੜੇ ਬੰਦੇ ਦੇ ਲਈ ਤਾਂ ਆਪਣੇ ਆਪ ਨੂੰ ਲੁਕੋ ਕੇ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ, ਇੱਕ ਸਾਲ ਜਾਣੀ ਕਿ ਲਗਭਗ ਰੋਜ਼ ਦਾ ਇੱਕ ਲੈਕਚਰ। ਹੁਣ ਲੈਕਚਰ ਤਾਂ ਦਿੰਦੇ ਹੋਊਗੇ, ਸੰਗਤ ਜੁੜਦੀ ਹੋਊਗੀ, ਬਿਨਾਂ ਸੰਗਤ ਤੋਂ ਲੈਕਚਰ ਨਹੀਂ ਦਿੱਤਾ ਜਾ ਸਕਦਾ ਹੈ। ਤੋ ਸੰਗਤ ਇਸੇ ਖਿੱਤੇ 'ਚ ਰਹੇ। ਤੋ ਕਹਿਣ ਦਾ ਭਾਵ ਕਿ ਇਸ ਖਿੱਤੇ ਦੀ ਜਿਹੜੀ ਆਮ ਲੁਕਾਈ ਜਾਂ ਆਮ ਸਿੱਖ ਸੰਗਤ ਸੀਗੀ, ਉਹਦੇ ਵਿੱਚ ਸੱਚ ਦੀ ਗੱਲ ਸੁਣਨ ਲਈ, ਅਣਖ ਦੀ ਗੱਲ ਸੁਣਨ ਦੇ ਲਈ, ਆਜ਼ਾਦੀ ਦੀ ਗੱਲ ਸੁਣਨ ਦੇ ਲਈ ਤੜਪ ਸੀਗੀ, ਤਾਂ ਸੰਗਤ ਇਕੱਠੀ ਹੁੰਦੀ ਸੀਗੀ, ਤਾਂ ਹੀ ਇੰਨੇ ਉਹ ਲੈਕਚਰ ਕਰ ਸਕੇ। ਨਹੀਂ, ਮੈਂ ਕਹਿੰਦਾ ਕਿ ਅੱਜ ਸਾਡੇ ਕੋਲ ਇੰਨੇ ਜ਼ਿਆਦਾ ਸਾਧਨ ਹੈ, ਇੰਨੇ ਸਾਰੇ ਸਾਧਨਾਂ ਹੋਣ ਦੇ ਬਾਵਜੂਦ ਅਸੀਂ ਸਾਲ ਦੇ 360 ਲੈਕਚਰ ਸੋਚ ਨਹੀਂ ਸਕਦੇ ਹੈ। ਅਸੀਂ 15 ਦਿਨ ਬਾਅਦ ਇੱਕ ਪ੍ਰੋਗਰਾਮ ਕਰਨਾ ਹੁੰਦਾ, ਉਹਦੇ ਲਈ ਵੀ ਕਾਫੀ ਤਾਮ ਝਾਮ ਕਰਨਾ ਪੈਂਦਾ, ਲੋਕ ਇਕੱਠੇ ਕਰਨੇ ਪੈਂਦੇ ਹੁਣ। ਤੋ ਮਤਲਬ ਲੋਕ ਇਕੱਠੇ ਆਪ ਹੀ ਹੁੰਦੇ ਸੀਗੇ, ਕਿਉਂਕਿ ਲੋਕਾਂ ਦੇ ਅੰਦਰ ਤੜਪ ਸੀਗੀ ਸੱਚ ਦੀ। ਤੋ ਇਸ ਕਰਕੇ ਵੀ ਇਹ ਲਹਿਰ ਬੜੀ ਇੱਕ ਵਿਲੱਖਣ ਲਹਿਰ ਰਹੀ। ਤੋ ਲਹਿਰ ਦਾ ਜਿਹੜਾ ਨੁਕਤਾ ਹੈ, ਜਿਸ ਕਰਕੇ ਇਸ ਲਹਿਰ ਨੂੰ ਇੰਨੀ ਲੋਕਪ੍ਰਿਯਤਾ ਮਿਲੀ ਔਰ ਸਰਕਾਰ ਇੰਨੀ ਭੈਭੀਤ ਹੋਈ, ਉਹਦੀ ਵਜ੍ਹਾ ਇਹੀ ਸੀਗੀ ਕਿ ਇਹ ਗੁਰਮੁਖ ਪਿਆਰੇ
ਜੋ ਗੁਰੂ ਘਰ ਦੀ ਦਿੱਤੀ ਹੋਈ ਇੱਕ ਦਾਇਰਾ ਇੱਕ ਮਰਿਆਦਾ ਸੀ ਉਹਦੇ ਵਿੱਚ ਲੜੇ। ਇਸੇ ਕਰਕੇ ਗੁਰੂ ਦੀ ਬਰਕਤ ਸੀਗੀ ਇਹਨਾਂ ਦੇ ਨਾਲ, ਸੰਗਤ ਦੀ ਅਰਦਾਸ ਸੀਗੀ ਇਹਨਾਂ ਦੇ ਨਾਲ। ਸੰਗਤ ਦੀ ਅਰਦਾਸ ਤੋਂ ਬਿਨਾਂ, ਗੁਰੂ ਦੀ ਬਖਸ਼ਿਸ਼ ਬਰਕਤ ਤੋਂ ਬਿਨਾਂ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਐਡੀ ਵੱਡੀ ਲਹਿਰ ਉਸਾਰਨੀ, ਇਹ ਸਰੀਰਾਂ ਦਾ ਜਾਂ ਦਿਮਾਗਾਂ ਦੇ ਵੱਸ ਦੀ ਗੱਲ ਨਹੀਂ ਹੈ। ਅੱਜ ਵੀ ਜਦੋਂ ਵੀ ਤੁਸੀਂ ਸਰਬੱਤ ਦੇ ਭਲੇ ਦੇ ਪ੍ਰਥਾਏ ਗੱਲ ਕਹੋਗੇ ਅਤੇ ਉਸ ਗੱਲ ਦੇ ਉੱਤੇ ਖੜੋਗੇ, ਤੁਹਾਡੀ ਲੋਕਪ੍ਰਿਯਤਾ, ਲੋਕਾਂ ਦੀ ਅਰਦਾਸ ਅਤੇ ਗੁਰੂ ਦੀ ਬਖਸ਼ਿਸ਼ ਤੁਹਾਡੇ ਨਾਲ ਹੋਏਗੀ। ਅੱਜ ਵੀ ਤੁਸੀਂ ਇਸ ਸਮਾਜ ਨੂੰ ਬੇਗਮਪੁਰਾ ਦੀ ਨਿਆਈ ਇੱਕ ਸਾਂਝੀ ਬਾਲਤਾ ਵਾਲਾ, ਪਿਆਰ ਵਾਲਾ, ਬਰਾਬਰੀ ਵਾਲਾ ਸਮਾਜ ਬਣਾਉਣ ਦੀ ਗੱਲ ਕਰੋਗੇ ਅਤੇ ਆਪਣਾ ਅਮਲ ਉਹਦੇ ਅਨੁਸਾਰ ਢਾਲੋਗੇ, ਅਤੇ ਇਕੱਲੇ ਪੰਜਾਬ ਦੀ ਨਹੀਂ ਗੱਲ ਹੈ, ਇਹ ਹਿੰਦੁਸਤਾਨ ਦੀ ਵੀ ਗੱਲ ਨਹੀਂ ਹੈ, ਪੂਰੀ ਦੁਨੀਆ ਦੇ ਵਿੱਚ ਵੱਡਾ ਹਿੱਸਾ ਇਸੇ ਹੀ ਇੱਕ ਗੱਲ ਕਰਕੇ ਤੁਹਾਨੂੰ ਨਮਸਕਾਰ ਕਰੇਗਾ ਅਤੇ ਕਰਦਾ। ਅਤੇ ਹੁਣ ਅਸੀਂ ਆਪਣੇ ਸਮਿਆਂ ਦੇ ਵਿੱਚ ਹੀ ਦੇਖਿਆ ਕਿ ਪਿਛਲੇ ਕੁਝ ਸਾਲਾਂ ਤੋਂ, ਚਾਹੇ ਦਿੱਲੀ ਦਰਬਾਰ ਨੇ ਜਦੋਂ ਡੀਮੋਨੀਟਾਈਜੇਸ਼ਨ ਕੀਤੀ, ਜਾਂ ਕੋਵਿਡ ਆਇਆ, ਜਾਂ ਕਿਸਾਨ ਐਜੀਟੇਸ਼ਨ ਹੋਇਆ, ਜਦੋਂ ਸਿੱਖਾਂ ਨੇ ਸਰਬੱਤ ਦੇ ਭਲੇ ਦੀ ਪ੍ਰਥਾਏ ਸੇਵਾ ਕੀਤੀ, ਤਾਂ ਸਾਰਿਆਂ ਨੇ ਉਹਨਾਂ ਦਾ ਸਤਿਕਾਰ ਕੀਤਾ। ਤੀਜੀ ਗੱਲ, ਜਦੋਂ ਵੀ ਆਪਾਂ ਹਲੇਮੀ ਰਾਜ ਦੀ ਗੱਲ ਕਰਾਂਗੇ, ਲੁਕਾਈ ਦੇ ਭਲੇ ਦੀ ਗੱਲ ਕਰਾਂਗੇ, ਲੋਕ ਸਦਾ ਤੁਹਾਡੇ ਲਈ ਅਰਦਾਸ ਕਰਨਗੇ। ਕਿਉਂਕਿ ਜਿਹੜਾ ਆਮ ਮਨੁੱਖ ਹੈ ਉਹਦੇ ਲਈ ਦੋ ਵਕਤ ਦੀ ਰੋਟੀ ਅਤੇ ਚੈਨ ਦੀ ਨੀਂਦ, ਇਹੀ ਉਹਨਾਂ ਲਈ ਸਭ ਤੋਂ ਵੱਡੀਆਂ ਨਿਆਮਤਾਂ ਹੁੰਦੀਆਂ ਨੇ। ਜਿਹੜਾ ਉਹਨਾਂ ਨੂੰ ਦੇ ਦੇ, ਉਸੇ ਰਾਜ ਨੂੰ ਉਹ ਹਲੇਮੀ ਰਾਜ ਗਿਣਦੇ ਨੇ। ਜਦੋਂ ਸਿੱਖਾਂ ਦਾ ਰਾਜ 18ਵੀਂ ਸਦੀ ਦੇ ਵਿੱਚ ਆਇਆ, ਉਸ ਵਕਤ ਸਿੱਖ ਮਹਾਰਾਜੇ ਦੇ ਰਾਜ ਸਿੱਖ 7-8 ਫੀਸਦ ਸੀਗੇ, ਤਾਂ ਰਾਜ ਆਉਣ ਵੇਲੇ ਤੋਂ 7-8 ਫੀਸਦ ਵੀ ਨਹੀਂ ਹੋਣੇ, ਕਿਉਂਕਿ ਰਾਜ ਆਉਣ ਦੇ ਨਾਲ ਹੀ ਬਹੁਤੇ ਲੋਕ ਉਸ ਰਾਜ ਦਾ ਧਰਮ ਮੰਨਣ ਲੱਗ ਜਾਂਦੇ ਆ। ਤਾਂ ਮੈਂ ਮੰਨਦਾ ਵੀ 5-4% ਹੀ ਸਿੱਖ ਹੋਣੇ ਆ। ਬਟ ਰਾਜ ਕਿਉਂ ਆਇਆ? ਜਿੱਥੇ ਤੁਹਾਡੀ ਤੇਗ ਸਾਰਿਆਂ ਤੋਂ ਬਲੀ ਸੀਗੀ, ਉੱਥੇ ਜਿਹੜੀ ਤੁਹਾਡੀ ਸੇਵਾ ਦਾ ਦ੍ਰਿੜ ਸੰਕਲਪ ਹੈ, ਜਿਹੜਾ ਇਨਸਾਫ ਦਾ, ਨਿਆਂ ਦਾ ਅਤੇ ਤੁਹਾਡੇ ਆਪਣੇ ਸਚਿਆਰੇ ਅਮਲ ਦਾ ਦ੍ਰਿੜ ਸੰਕਲਪ ਹੈ, ਉਹ ਅਬਦਾਲੀ ਤੋਂ, ਉਹ ਮੁਗਲਾਂ ਤੋਂ, ਉਹ ਮਰਾਠਿਆਂ ਤੋਂ ਉੱਪਰ ਸੀਗਾ। ਸਿੱਖਾਂ ਨੇ ਰਾਖੀ ਪ੍ਰਬੰਧ ਲੈ ਕੇ ਆਉਂਦਾ, ਤਾਂ ਰਾਖੀ ਪ੍ਰਬੰਧ ਸਿੱਖਾਂ ਦਾ ਸਭ ਤੋਂ ਬਿਹਤਰ ਮੰਨਿਆ ਗਿਆ, ਅਤੇ ਉਸ ਪ੍ਰਬੰਧ ਕਰਕੇ ਹੀ ਇਸ ਖਿੱਤੇ ਦੇ ਲੋਕਾਂ ਨੇ ਕਿਹਾ ਕਿ ਤੁਸੀਂ ਸਭ ਤੋਂ ਚੰਗੇ ਰਾਖੇ ਹੋ ਅਤੇ ਤੁਸੀਂ ਸਭ ਤੋਂ ਚੰਗੇ ਰਾਜੇ ਬਣ ਸਕਦੇ ਹੋ। ਲੋਕਾਂ ਨੇ ਆਪ ਸੱਦ ਕੇ, ਲਾਹੌਰ ਜਿਹੜਾ ਉਸ ਵਕਤ ਪੰਜਾਬ ਦੀ ਰਾਜਧਾਨੀ ਸੀਗਾ, ਲਾਹੌਰ ਦੀ ਪਰੇ ਨੇ ਸਿੱਖਾਂ ਨੂੰ ਸੱਦ ਕੇ ਕਿਹਾ ਕਿ ਤੁਸੀਂ ਸਾਡੇ 'ਤੇ ਰਾਜ ਕਰੋ। ਉਹ ਕਿਉਂ ਕਿਹਾ? ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਜਿਹੜੇ ਪੇਂਡੂ ਇਲਾਕਿਆਂ ਦੇ ਵਿੱਚ ਮਿਸਲਾਂ ਦਾ ਰਾਜ ਹੈ, ਉਹ ਮੁਗਲਾਂ ਅਤੇ ਅਫਗਾਨਾਂ ਦੇ ਰਾਜ ਤੋਂ ਬਹੁਤ ਬਿਹਤਰ ਹੈ। ਤਾਂ ਉਸ ਹਲੇਮੀ ਰਾਜ ਕਰਕੇ ਅੱਜ ਵੀ ਤੁਸੀਂ ਜਦੋਂ ਸੱਚ ਦੀ ਗੱਲ ਕਰਦੇ ਹਾਂ, ਅੱਜ ਵੀ ਸੰਤ ਜਰਨੈਲ ਸਿੰਘ ਹੋਣਾ ਨੇ ਜਦੋਂ ਹਲੇਮੀ ਰਾਜ ਦੀ ਗੱਲ ਕੀਤੀ, ਨਿਆਂ ਦੀ ਗੱਲ ਕੀਤੀ, ਸੱਚ ਦੀ ਗੱਲ ਕੀਤੀ, ਇੱਥੋਂ ਦੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ, ਤਾਂ ਕਿੱਡੇ ਵੱਡੇ ਪੱਧਰ ਦੇ ਉੱਤੇ ਹੁੰਗਾਰਾ ਮਿਲਿਆ। 7-8 ਸਟੇਟਾਂ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਸੰਤ ਜਰਨੈਲ ਸਿੰਘ ਹੋਣਾ ਨੂੰ ਮਿਲਣ ਆਏ, ਐਨ ਟੀ ਰਾਮਾ ਰਾਓ, ਕਰੁਣਾ ਨਿਧੀ, ਸ਼ੇਖ ਅਬਦੁੱਲੇ ਦਾ ਉਹ ਲੜਕਾ ਉਮਰ ਅਬਦੁੱਲਾ, ਨੇ ਅਮਰ ਅਬਦੁੱਲੇ ਦਾ ਪਿਓ ਜਿਹੜਾ ਸੀਗਾ। ਕਹਿਣ ਦਾ ਭਾਵ ਇਹ ਕਿ ਜਦ ਵੀ ਤੁਸੀਂ ਹਲੇਮੀ ਰਾਜ ਦੀ, ਨਿਆਂ ਦੀ ਗੱਲ ਕਰੋਗੇ, ਤਾਂ ਲੋਕ
ਇਸ ਗੁਰੂ ਘਰ ਦੀ ਅਜ਼ਮਤ ਨੂੰ ਮੰਨਣ ਆਉਣਗੇ। ਅਤੇ ਹਲੇਮੀ ਰਾਜ ਅਤੇ ਇਹ ਬੇਗਮਪੁਰੇ ਵਰਗਾ ਸਮਾਜ ਅਤੇ ਸਰਬੱਤ ਦੇ ਭਲੇ ਦੇ ਲਈ ਇੱਕ ਬਹੁਤ ਜ਼ਰੂਰੀ ਸ਼ਰਤ ਹੈ ਕਿ ਖਾਲਸੇ ਦਾ ਬੋਲਬਾਲਾ ਹੋਏ। ਖਾਲਸੇ ਦੇ ਬੋਲਬਾਲੇ ਤੋਂ ਬਿਨਾਂ ਰਾਜ ਨਹੀਂ ਮਿਲ ਸਕਦਾ ਹੈ, ਹਲੇਮੀ ਰਾਜ ਨਹੀਂ ਹੋ ਸਕਦਾ ਹੈ। ਰਾਜ ਤਾਂ ਮਿਲ ਵੀ ਜਾਏਗਾ, ਰਾਜ ਤਾਂ ਤਲਵਾਰ ਦੇ ਜ਼ੋਰ 'ਤੇ ਲੈ ਲੈਂਦੇ ਨੇ ਲੋਕ, ਹੋਰ ਵੀ ਦੁਨੀਆ ਭਰ ਦੇ ਵਿੱਚ ਕੌਮਾਂ ਆਪਣੇ ਰਾਜ ਲਈ ਲੜਦੀਆਂ ਨੇ, ਪਰ ਜੇ ਖਾਲਸੇ ਦਾ ਬੋਲਬਾਲਾ ਨਾ ਹੋਏ ਤਾਂ ਉਹ ਰਾਜ ਹਲੇਮੀ ਰਾਜ ਨਹੀਂ ਰਹਿੰਦਾ ਹੈ, ਉਹ ਰਾਜ ਕਾਣੀ ਵੰਡ ਕਰਨ ਲੱਗ ਜਾਂਦਾ, ਉਹ ਰਾਜ ਆਪਣਿਆਂ ਦੇ ਲਈ ਨਿਆਂ ਦੀਆਂ ਅੱਖਾਂ ਬੰਦ ਕਰ ਲੈਂਦਾ, ਜਿੱਦਾਂ ਹੁਣ ਹੋਈਆਂ ਹੋਈਆਂ, ਵੀ ਆਪਣਿਆਂ ਦੇ ਲਈ ਕਾਨੂੰਨ ਹੋਰ ਹੈ, ਦੂਜਿਆਂ ਦੇ ਲਈ ਕਾਨੂੰਨ ਹੋਰ ਹੈ। ਆ ਭਾਈ ਲਾਲ ਸਿੰਘ ਹੁਣੀ ਬੈਠੇ ਹੈ, 25-54 'ਚ 25 ਸਾਲ 27 ਸਾਲ ਜੇਲ੍ਹ ਕੱਟਿਆ ਹੈ, ਅਤੇ ਦੂਜਿਆਂ ਲਈ 25-54-58 ਦੇ ਵਿੱਚ ਜੇਲ੍ਹ ਵੀ ਨਹੀਂ ਜਾਣਾ ਪੈਂਦਾ ਹੈ, ਬਾਹਰ ਹੀ ਬਾਹਰ 3 ਕੁ ਸਾਲ ਸਜ਼ਾ ਹੋ ਕੇ ਕੰਮ ਸਰ ਜਾਂਦਾ। ਤੋ ਰਾਜ ਤਾਂ ਹਲੇਮੀ ਹੋਣਾ ਜੇ ਖਾਲਸੇ ਦਾ ਬੋਲਬਾਲਾ ਹੈ, ਖਾਲਸੇ ਦਾ ਪਹਿਰਾ ਹੈ, ਕਿਉਂਕਿ ਇਹ ਰਾਜ ਦੀ ਜਿਹੜੀ ਇਹ ਸੱਤਾ ਦੀ ਕੁਰਸੀ ਆ, ਇਹਦਾ ਨਸ਼ਾ ਇੰਨਾ ਕਿ ਇਹ ਤੁਹਾਡੇ ਵਿਕਾਰਾਂ ਨੂੰ ਖਤਮ ਨਹੀਂ ਕਰਦੀ ਹੈ, ਇਹ ਤੁਹਾਡੇ ਵਿਕਾਰਾਂ ਨੂੰ ਹੋਰ ਪ੍ਰਜਵੱਲਿਤ ਕਰਦੀ ਹੈ। ਅਤੇ ਉਸ ਰਾਜ ਕਰਨ ਵਾਲੀ ਧਿਰ ਦੇ ਉੱਤੇ ਜਿਹੜਾ ਕੁੰਡਾ ਹੈ, ਉਹ ਖਾਲਸੇ ਦੇ ਬੋਲਬਾਲੇ ਦੇ ਰੂਪ 'ਚ ਹੀ ਰਹਿ ਸਕਦਾ। ਜਦੋਂ ਸਿੱਖਾਂ ਦਾ ਆਪਦਾ ਰਾਜ ਆਇਆ, ਉਦੋਂ ਵੀ ਸਿੱਖਾਂ ਨੇ ਖਾਲਸਾ ਪੰਥ ਦੇ ਵਿੱਚੋਂ ਕੁਛ ਜਥੇ ਨਿਗਰਾਨੀ ਦੇ ਮੂਜਬ ਰੱਖੇ ਨੇ, ਜਾਂ ਮਿਸਲ ਸ਼ਹੀਦਾਂ ਰਹੀ ਆ, ਜਾਂ ਬੁੱਢਾ ਦਲ ਰਿਹਾ, ਉਹ ਉਸ ਵਕਤ ਵੀ ਜਾਂ ਅੱਜ ਵੀ ਸੰਤ ਜਰਨੈਲ ਸਿੰਘ ਹੁਣੀ ਰਹੇ ਆ, ਜਾਂ ਬੱਬਰ ਅਕਾਲੀ ਰਹੇ ਆ, ਇਹ ਇੱਕ ਐਸੇ ਸਿੱਖਾਂ ਦੇ ਜਥੇ ਸੀਗੇ ਜਿਹੜੇ ਹਲੇਮੀ ਰਾਜ ਲਈ ਸੰਘਰਸ਼ ਤਾਂ ਕਰਦੇ ਸੀਗੇ, ਪਰ ਅਹੁਦੇ ਦੀ ਜਾਂ ਕਿਸੇ ਖਿੱਤੇ ਦੀ ਮਲਕੀਅਤ ਦਾ ਦਾਅਵਾ ਨਹੀਂ ਕਰਦੇ ਸੀਗੇ। ਉਹਨਾਂ ਨੇ ਨਿਸ਼ਕਾਮ ਰਹਿ ਕੇ ਰਾਜ ਕੀਤਾ। ਬੱਬਰ ਅਕਾਲੀਆਂ ਦੇ ਵਕਤ ਜਿਹੜਾ ਰਵਾਇਤੀ ਅਕਾਲੀ ਜਥਾ ਹੈ, ਉਹ ਵੀ ਸੀਗਾ, ਚੀਫ ਖਾਲਸਾ ਦੀਵਾਨ ਵੀ ਸੀਗਾ, ਸਿੱਖ ਲੀਗ ਵੀ ਸੀਗੀ, ਹੋਰ ਵੀ ਛੋਟੀ ਛੋਟੀਆਂ ਜਥੇਬੰਦੀਆਂ ਸੀਗੀਆਂ, ਉਹਨਾਂ ਨੇ ਵੀ ਸੰਘਰਸ਼ ਕੀਤਾ, ਬਹੁਤ ਮੁਬਾਰਕ ਸੰਘਰਸ਼ ਕੀਤਾ, ਵੱਡੀਆਂ ਪ੍ਰਾਪਤੀਆਂ ਕੀਤੀਆਂ। ਪਰ ਉਹਨਾਂ ਸਾਰਿਆਂ ਤੋਂ ਬੱਬਰ ਅਕਾਲੀਆਂ ਦਾ ਝੰਡਾ ਅੱਜ ਵੀ ਤਾਂ ਹੈ, ਕਿਉਂ? ਕਿਉਂਕਿ ਬਾਕੀ ਸਾਰਿਆਂ ਦੇ ਸੰਘਰਸ਼ ਜਿੱਤਣ ਤੋਂ ਬਾਅਦ ਅਹੁਦੇਦਾਰੀਆਂ ਦੇ ਦਾਅਵੇ ਸੀਗੇ, ਬੱਬਰ ਅਕਾਲੀਆਂ ਦਾ ਦਾਅਵਾ ਸ਼ਹਾਦਤਾਂ ਦਾ ਸੀਗਾ। ਅੰਗਰੇਜ਼ਾਂ ਦੇ ਜੇਲ੍ਹਾਂ ਦੇ ਵਿੱਚ ਹੋਰ ਵੀ ਬਹੁਤ ਗਏ, ਪਰ ਬੱਬਰ ਨਹੀਂ ਗਏ, ਕਿਉਂਕਿ ਬੱਬਰਾਂ ਨੇ ਆਪਣੀ ਇਸ ਸਰੀਰ ਦੇ ਠੀਕਰ ਨੂੰ ਬਚਾ ਕੇ ਰੱਖਣਾ ਕਿ ਅਸੀਂ ਜਿੱਤ ਕੇ ਕੁਛ ਵਧੀਆ ਪ੍ਰਸ਼ਾਸਨ ਦੇਵਾਂਗੇ, ਇੰਨੀ ਤੱਕ ਨਹੀਂ ਸੀਗੀ ਉਹਨਾਂ ਦੀ ਮੰਜ਼ਿਲ, ਸ਼ਹਾਦਤ ਸੀਗੀ। ਉਹ ਨਿਸ਼ਕਾਮ ਸੰਘਰਸ਼ ਦੇ ਲਈ ਲੜੇ, ਉਹ ਕਾਲ ਦੇ ਜਿਹੜੇ ਸਥਾਨ ਦੇ ਜਿਹੜੇ ਦਾਇਰੇ ਨੇ ਉਹਨਾਂ ਤੋਂ ਬਾਹਰ ਜਾ ਕੇ ਲੜੇ, ਉਹ ਅਹੁਦੇਦਾਰੀਆਂ ਦੇ ਲਈ ਨਹੀਂ ਲੜੇ। ਅਤੇ ਉਹਨਾਂ ਦੇ ਜਿਹੜੀ ਸ਼ਹਾਦਤ ਦਾ ਖੂਨ ਹੈ, ਉਹ ਦੂਜਿਆਂ ਦੇ ਲਈ ਨਿਗਰਾਨੀ ਦੇ ਕੁੰਡੇ ਦਾ ਕੰਮ ਕਰਦਾ ਸੀ, ਅਤੇ ਉਹਨਾਂ ਦੇ ਸ਼ਹਾਦਤ ਦੇ ਖੂਨ ਦੇ ਸਦਕਾ ਹੀ ਅੱਜ ਵੀ ਪੀੜ੍ਹੀਆਂ ਜਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਸੱਚ ਦੇ ਲਈ ਨਿਸ਼ਕਾਮ ਸੰਘਰਸ਼ ਕਰਨ ਦੀ ਜਿਹੜੀ ਪ੍ਰੇਰਣਾ ਆ, ਉਹ ਸ਼ਹੀਦ ਦੇ ਖੂਨ ਤੋਂ ਹੀ ਮਿਲਦੀ ਹੈ। ਵਧੀਆ ਐਡਮਿਨਿਸਟ੍ਰੇਸ਼ਨ ਦੁਨੀਆ ਦੇ ਵਿੱਚ ਬਹੁਤ ਲੋਕ ਦਿੰਦੇ ਆ, ਵਧੀਆ ਐਡਮਿਨਿਸਟ੍ਰੇਸ਼ਨ ਦੇਣ ਦੇ ਲਈ, ਵਧੀਆ ਪ੍ਰਸ਼ਾਸਨ ਦੇਣ ਦੇ ਲਈ ਤੀਖਣ ਬੁੱਧੀ ਦੀ ਲੋੜ ਹੁੰਦੀ ਹੈ, ਪਰ ਸੰਘਰਸ਼ ਜਿੱਤਣ ਦੇ ਲਈ ਉੱਚੇ ਕਿਰਦਾਰ ਦੀ ਲੋੜ ਹੁੰਦੀ ਹੈ। ਸੰਘਰਸ਼ ਇਕੱਲੇ ਤੀਖਣ ਬੁੱਧੀਆਂ ਨਾਲ ਨਹੀਂ ਜਿੱਤੇ ਜਾ ਸਕਦੇ, ਸੰਘਰਸ਼ ਉੱਚੇ ਕਿਰਦਾਰ ਨਾਲ ਜਿੱਤੇ ਜਾਣੇ। ਅਤੇ ਉੱਚੇ ਕਿਰਦਾਰ ਵਾਲੇ ਸ਼ਹੀਦ ਅਕਾਲੀ ਪਰੰਪਰਾ ਦੇ ਜਿਹੜੇ ਵਾਰਸ ਰਹੇ ਆ 300 ਸਾਲ ਦੇ ਵਿੱਚ,
ਉਹਨਾਂ ਦੇ ਰਾਹੀਂ ਸੰਚਾਰ ਲਗਾਤਾਰ ਹੁੰਦਾ ਹੈ। ਅੱਜ ਦੀ ਜਿਹੜੀ ਖਾੜਕੂ ਮੂਵਮੈਂਟ ਰਹੀ ਹੈ ਉਹ ਵੀ ਉਸੇ ਅਕਾਲੀ ਪਰੰਪਰਾ ਦੀ ਵਾਰਸ ਸੀਗੀ, ਜਿਹੜੀ ਲੜ ਸਰਬੱਤ ਦੇ ਭਲੇ ਲਈ ਰਹੇ ਸੀਗੇ, ਜੇ ਲੜ ਇਸ ਬੇਗਮਪੁਰੇ ਵਰਗੇ ਸਮਾਜ ਲਈ ਸੀਗੇ ਲੜ ਰਹੇ, ਜਿਹੜੇ ਹਲੇਮੀ ਰਾਜ ਲਈ ਲੜ ਰਹੇ ਸੀਗੇ, ਜਿਹੜੇ ਖਾਲਸੇ ਦੇ ਬੋਲਬਾਲੇ ਲਈ ਲੜ ਰਹੇ ਸੀਗੇ। ਪਰ ਅਹੁਦਿਆਂ ਦਾ ਲਾਲਚ, ਅਹੁਦਿਆਂ ਦਾ ਦਾਵਾ ਨਾ ਸਹਿ, ਇਹ ਨਹੀਂ ਸੀਗਾ ਕਿ ਮੈਂ ਮੁੱਖ ਮੰਤਰੀ ਬਣ ਜਾਂ, ਮੈਂ ਲੋਕ ਸਭਾ ਦਾ ਮੈਂਬਰ ਬਣ ਜਾਂ, ਮੈਂ ਵਜ਼ੀਰ ਬਣ ਜਾਂ। ਜਿਨ੍ਹਾਂ ਦੇ ਰਾਜਸੀ ਦਾਅਵੇ ਹੁੰਦੇ ਆ ਉਹ ਸ਼ਹਾਦਤ ਦੇ ਰਾਹ ਨਹੀਂ ਤੁਰਦੇ ਹੈ, ਸਟਰਗਲ ਜ਼ਰੂਰ ਕਰਦੇ ਆ ਪਰ ਉਨਾ ਕੁ ਟਾਈਮ ਸਟਰਗਲ ਕਰਦੇ ਆ ਜਿੱਥੇ ਤੱਕ ਸਰੀਰ ਨੂੰ ਨੁਕਸਾਨ ਨਾ ਹੋਏ। ਤਾਂ ਇਸ ਕਰਕੇ ਜਿਹੜਾ ਇਹ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਹੈ, ਇਸ ਇਸ ਇਤਿਹਾਸ ਦੀ ਜਿਹੜੀ ਅਜ਼ਮਤ ਹੈ ਉਹ ਬਹੁਤ ਉੱਚੀ ਹੈ। ਦਸਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਇਹਦੀ ਕਿਸ ਤਰ੍ਹਾਂ ਦੀ ਸ਼ੋਭਾ, ਕਿਸ ਤਰ੍ਹਾਂ ਦੀ ਅਜ਼ਮਤ ਹੋਣੀ, ਉਹ ਤਾਂ ਉੱਚੀਆਂ ਸੁਰਤਾਂ ਵਾਲੇ ਹੀ ਸਿੱਖ ਉਹਦਾ ਅੰਦਾਜ਼ਾ ਲਾ ਸਕਦੇ ਹੈ। ਇਸ ਜਹਾਨ ਦੇ ਵਿੱਚ ਵੀ ਇਹਨਾਂ ਦੀ ਬਹੁਤ ਉੱਚੀ ਅਜ਼ਮਤ ਹੋਣੀ ਚਾਹੀਦੀ। ਤਾਂ ਮੈਂ ਇਹ ਸਮਝਣਾ ਕਿ ਇਹ ਸਾਡੇ ਇਲਾਕੇ ਦੇ ਬਜ਼ੁਰਗ ਹੋਏ ਆ, ਉਹਨਾਂ ਵਿੱਚੋਂ ਬਹੁਤ ਸਾਰਿਆਂ ਦੀਆਂ ਅੰਸ ਵੰਸ਼ ਨੇ। ਪਹਿਲਾਂ ਤਾਂ ਚਲੋ ਹੁੰਦਾ ਵੀ ਇਹ ਸੀਗਾ ਕਿ ਤੁਹਾਡੇ ਪਿੰਡ ਦਾ ਬਜ਼ੁਰਗ ਉਹਨੂੰ ਸਾਰੇ ਹੀ ਆਪਦੇ ਪਿਓ ਦਾਦੇ ਸਮਾਨ ਸਮਝਦੇ ਸੀਗੇ। ਤਾਂ ਮੈਂ ਸਮਝਣਾ ਕਿ ਚੰਗੀਆਂ ਇਹ ਰਵਾਇਤਾਂ ਸੀਗੀਆਂ, ਸਾਡੇ ਇਲਾਕੇ ਦੇ ਬਜ਼ੁਰਗ ਸੀਗੇ ਤਾਂ ਸਾਡੇ ਹੀ ਬਜ਼ੁਰਗ ਸੀਗੇ। ਤਾਂ ਇਸ ਜਿਹੜੇ ਚਾਰ ਜ਼ਿਲ੍ਹੇ ਨੇ ਇਹਨਾਂ ਦੇ ਲੋਕਾਂ ਦਾ ਤਾਂ ਇਹ ਬਹੁਤ ਵੱਡਾ ਫਰਜ਼ ਹੈ ਕਿ ਉਹ ਆਪਣੇ ਬਜ਼ੁਰਗਾਂ ਦੀ ਇਸ ਬਹੁਤ ਵੱਡੀ ਜਿਹੜੀ ਉਹਨਾਂ ਨੇ ਇਤਿਹਾਸ ਸਿਰਜੇ ਨੇ ਉਹਨਾਂ ਨੂੰ ਯਾਦ ਰੱਖਣ, ਆਪਣੀਆਂ ਪੀੜ੍ਹੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਹ ਪ੍ਰੇਰਣਾ ਦੇ ਸਰੋਤ ਨੇ, ਇਸ ਇਤਿਹਾਸ ਨੂੰ ਅੱਗੇ ਵਧਾਉਣ। ਤਾਂ ਇੱਕ ਆਖਰੀ ਬੇਨਤੀ ਕਰਕੇ ਮੈਂ ਸਮਾਪਤੀ ਕਰਨੀ ਹੈ, ਉਹ ਇਹ ਕਿ 100 ਸਾਲ ਬਾਅਦ ਜਿੱਥੇ ਕਿਸੇ ਇਤਿਹਾਸ ਸਿਰਜਣ ਦੇ ਵੇਲੇ ਜਿਹੜੇ ਪਾਤਰ ਨੇ ਇਤਿਹਾਸ ਦੇ ਉਹਨਾਂ ਦਾ ਜ਼ਿਕਰ ਹੁੰਦਾ, ਜਾਂ ਜਿਸ ਮੰਤਵ ਦੇ ਲਈ ਉਹ ਲੜੇ ਉਹਦਾ ਜ਼ਿਕਰ ਹੁੰਦਾ, ਅਤੇ ਇੱਕ ਚੀਜ਼ ਬਹੁਤ ਹੋਰ ਮਹੱਤਵਪੂਰਨ ਹੁੰਦੀ ਕਿ ਉਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਸੀਗੇ। ਅੱਜ ਹਾਲਾਤ ਉਸੇ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਦੇ ਅੱਜ ਤੋਂ 100 ਸਾਲ ਪਹਿਲਾਂ ਸੀਗੇ। ਉਹ ਕਿਵੇਂ? ਉਹ ਇਸ ਤਰ੍ਹਾਂ ਕਿ ਅੱਜ ਤੋਂ 100 ਸਾਲ ਪਹਿਲਾਂ ਸਿੱਖਾਂ ਨੇ ਆਪਣੀ ਨੁਮਾਇੰਦਗੀ ਜਿਹੜੀ ਪੰਥਕ ਸੰਸਥਾਵਾਂ ਦੇ ਵਿੱਚ ਕਰਨੀ ਆ, ਅਤੇ ਜਿਹੜੀ ਰਾਜਸੀ ਇਸ ਦੁਨੀਆਦਾਰੀ ਦੇ ਢਾਂਚਿਆਂ 'ਚ ਕਰਨੀ ਆ, ਦੋਹਾਂ ਤਰ੍ਹਾਂ ਦੀ ਨੁਮਾਇੰਦਗੀ ਜਿਹੜੀ ਆ, ਸਿੱਖਾਂ ਦੇ ਨੁਮਾਇੰਦੇ ਕੌਣ ਹੋਣ, ਇਹ ਸਿੱਖ ਨਸ ਤੈਅ ਕਰਦੇ, ਇਹ ਅੰਗਰੇਜ਼ ਤੈਅ ਕਰਦੇ ਸੀਗੇ। ਜਦੋਂ ਖਾਲਸਾ ਰਾਜ ਚੱਲਿਆ ਗਿਆ, ਉਸ ਰਾਜ ਜਾਣ ਤੋਂ ਬਾਅਦ ਗੁਰੂ ਖਾਲਸਾ ਪੰਥ ਦੀ ਜਿਹੜੀ ਨੁਮਾਇੰਦਗੀ ਆ ਉਹ ਸਦਾ ਹੀ ਅਕਾਲ ਤਖਤ ਸਾਹਿਬ ਤੋਂ ਹੁੰਦੀ ਆਈ ਆ, ਅੱਜ ਵੀ ਉੱਥੋਂ ਹੀ ਹੋਣੀ ਆ, ਆਉਣ ਵਾਲੇ ਸਮਿਆਂ 'ਚ ਵੀ ਉੱਥੇ ਹੋਣੀ ਆ। ਜਾਂ ਇਹ ਮੈਂ ਕਹਿ ਸਕਦਾ ਕਿ ਜਦੋਂ ਬਿਲਕੁਲ ਗੁਲਾਮੀ ਦੇ ਹਾਲਾਤ ਹੋਣ ਤਾਂ ਜਿਹੜੇ ਚੱਕਰਵਰਤੀ ਦਲ ਹੈ ਉਹਨਾਂ ਨੇ ਕਰਨੀ ਹੁੰਦੀ ਆ। ਪਰ ਅੰਗਰੇਜ਼ਾਂ ਨੇ ਕਿਹਾ ਕੀਤਾ ਕਿ ਅਕਾਲ ਤਖਤ ਸਾਹਿਬ ਦੇ ਉੱਤੋਂ ਜਿਹੜੇ ਸਿੱਖਾਂ ਦੇ ਜਥੇ ਸੀਗੇ, ਦਲ ਪੰਥ ਸੀਗੇ, ਉਹਨਾਂ ਨੂੰ ਬਿਲਕੁਲ ਕਮਜ਼ੋਰ ਅਤੇ ਬਿਲਕੁਲ ਨਿਸਲ ਕਰਕੇ ਉੱਥੇ ਆਪਣੇ ਸਰਬਰਾ ਲਾਏ। ਅਸਲ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਜੋ ਵੀ ਫੈਸਲੇ ਸੀਗੇ ਉਹ ਸਰਬਰਾ ਹੀ ਕਰਦੇ ਸੀਗੇ ਅਕਾਲ ਤਖਤ ਦੇ। ਆਪਾਂ ਦੇਖਿਆ ਜਿਵੇਂ ਅਰੂੜ ਸਿੰਘ ਦੀ ਦਾ ਨਾਂ ਤਾਂ ਆਪਾਂ ਸਾਰਿਆਂ ਨੂੰ ਯਾਦ ਹੈ ਕਿਉਂਕਿ ਉਹਨੇ ਜਨਰਲ ਡਾਇਰ ਨੂੰ ਹੀ ਸਿਰੋਪਾ ਦੇ ਦਿੱਤਾ ਸੀਗਾ। ਇਹ ਉਸ ਤਖਤ ਤੋਂ ਜਿੱਥੋਂ ਸਰਬੱਤ ਦੇ ਭਲੇ ਦੀ ਪ੍ਰਥਾਏ, ਨਿਤਾਣਿਆਂ ਦੀ ਰਾਖੀ ਦੇ ਪ੍ਰਥਾਏ ਹੁਕਮਨਾਮੇ ਹੁੰਦੇ ਰਹੇ, ਉੱਥੇ ਇੱਕ ਜਰਵਾਣੇ ਨੂੰ ਸਿਰੋਪਾ ਮਿਲ ਗਿਆ। ਕਿਉਂ? ਕਿਉਂਕਿ ਤਖਤ ਦਾ ਪ੍ਰਬੰਧ ਖਾਲਸਾ ਪੰਥ ਕੋਲ ਨਸ ਹੈ, ਅੰਗਰੇਜ਼ਾਂ ਦੇ ਦਿੱਤੇ ਹੋਏ ਨੁਮਾਇੰਦਿਆਂ ਰਾਹੀਂ ਹੋ ਰਿਹਾ ਸੀਗਾ।
ਦੂਜੇ ਪਾਸੇ ਉਦੋਂ ਜੋ ਵੀ ਰਾਜ ਸੀ, ਪ੍ਰਬੰਧ ਸੀਗਾ ਛੋਟਾ ਮੋਟਾ, ਪੰਜਾਬ ਦੀ ਅਸੈਂਬਲੀ ਉਦੋਂ ਵੀ ਸੀਗੀ। ਸਾਨੂੰ ਹੁਣ ਬਹੁਤਿਆਂ ਨੂੰ ਤਾਂ ਐਵੇਂ ਲੱਗਦਾ ਕਿ ਜਿੱਦਾਂ ਵੋਟਾਂ 47 ਤੋਂ ਬਾਅਦ ਪੈਣ ਲੱਗੀਆਂ ਹੋਣ, ਵੋਟਾਂ 47 ਤੋਂ ਪਹਿਲਾਂ ਵੀ ਪੈਂਦੀਆਂ ਸੀਗੀਆਂ। ਪਹਿਲਾਂ ਥੋੜ੍ਹੇ ਲੋਕ ਪਾਉਂਦੇ ਸੀਗੇ, ਅਮੀਰ ਲੋਕ ਪਾਉਂਦੇ ਸੀਗੇ, ਜਿਹੜੇ ਅੰਗਰੇਜ਼ਾਂ ਦੇ ਸਕੂਲਾਂ 'ਚ ਪੜ੍ਹੇ ਲਿਖੇ ਹੋਏ ਸੀਗੇ, 10ਵੀਂ ਪਾਸ ਕਰ ਜਾਣ, ਉਹਨਾਂ ਨੂੰ ਵੋਟ ਦਾ ਹੱਕ ਮਿਲ ਜਾਂਦਾ ਸੀਗਾ। ਤੋ ਅੰਗਰੇਜ਼ਾਂ ਨੇ ਰਾਜਸੀ ਪੰਜਾਬ ਦੀ ਅਸੈਂਬਲੀ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਿਹਨੇ ਕਰਨੀ ਆ, ਇਹ ਵੀ ਅੰਗਰੇਜ਼ ਹੀ ਤੈਅ ਕਰਦੇ ਸੀਗੇ। ਕਿਉਂਕਿ ਜਿੰਨੇ ਅਮੀਰ ਹੁੰਦੇ ਆ ਉਹਨਾਂ ਨੂੰ ਆਪਣੇ ਮਾਲ ਸਵਾਬ ਦਾ ਬੜਾ ਡਰ ਹੁੰਦਾ, ਜਿਹੜੇ ਪੜ੍ਹੇ ਵੀ ਅੰਗਰੇਜ਼ਾਂ ਦੇ ਸਕੂਲਾਂ 'ਚ ਸੀਗੇ ਉਹ ਅੰਗਰੇਜ਼ਾਂ ਦੇ ਹੀ ਨੋਮੀਨੇਟਡ ਮੈਂਬਰਾਂ ਨੂੰ ਹੀ ਵੋਟਾਂ ਮਾੜੀਆਂ ਮੋਟੀਆਂ ਪਾਉਂਦੇ ਸੀਗੇ, 5-7% ਜਿਹੜੇ ਲੋਕਾਂ ਦੀਆਂ ਵੋਟਾਂ ਹੈ ਸਨ। ਤੋ ਉਸ ਵਕਤ ਜਦ ਵੀ ਕੋਈ ਮਸਲਾ ਖੜਦਾ ਸੀਗਾ, ਅੰਗਰੇਜ਼ ਕਹਿੰਦੇ ਸੀਗੇ ਜੀ ਤੁਸੀਂ ਆਪਣੇ ਨੁਮਾਇੰਦੇ ਭੇਜੋ, ਆਪਾਂ ਗੱਲ ਕਰਦੇ ਹਾਂ। ਉਹ ਨੁਮਾਇੰਦੇ ਵੀ ਉਹਨਾਂ ਦੇ ਹੀ ਤੈਅ ਕੀਤੇ ਹੋਏ, ਪੰਥ ਦੀਆਂ ਸੰਸਥਾਵਾਂ ਦੇ ਵੀ, ਰਾਜਸੀ ਸੰਸਥਾਵਾਂ ਦੇ, ਹੁਣ ਗੱਲ ਕਿਹੜੇ ਪਾਸੇ ਜਾਏ। ਅਤੇ ਉਹੀ ਮੋਹਰੇ ਆ ਕੇ ਖੜ ਜਾਂਦੇ ਸੀਗੇ ਪੰਥ ਦੇ ਫੈਸਲੇ ਲੈਣ ਤੋਂ। ਤੋ ਔਰ ਮੈਂ ਸਮਝਦਾ ਕਿ ਅੱਜ ਵੀ ਸਥਿਤੀ ਉੱਥੇ ਹੀ, 100 ਸਾਲ ਬਾਅਦ ਸਿੱਖਾਂ ਨੇ ਜਿਹੜਾ ਸੰਘਰਸ਼ ਲੜਿਆ ਉਹਦੇ ਵਿੱਚ ਸਭ ਤੋਂ ਪਹਿਲਾਂ ਸਿੱਖਾਂ ਨੇ ਹੱਕ ਇਹ ਲਿਆ ਸੀਗਾ ਉਦੋਂ ਕਿ ਪੰਥ ਦੀਆਂ ਜਿਹੜੀਆਂ ਸੰਸਥਾਵਾਂ ਨੇ ਉੱਥੋਂ ਪੰਥ ਦੀ ਮਰਜ਼ੀ ਦਾ ਪ੍ਰਗਟਾਓ, ਖਾਲਸਾ ਪੰਥ ਸੰਗਤ ਦੀ ਮਰਜ਼ੀ ਅਨੁਸਾਰ ਹੀ ਹੋਏਗਾ, ਸਾਡੇ ਆਪ ਦੇ ਨੁਮਾਇੰਦੇ ਕਰਨਗੇ। ਅਕਾਲੀ ਦਲ ਇਸੇ ਗੱਲ 'ਚੋਂ ਬਣਿਆ ਸੀਗਾ, ਸ਼੍ਰੋਮਣੀ ਕਮੇਟੀ ਇਸੇ ਗੱਲ 'ਚੋਂ ਬਣੀ ਸੀਗੀ। ਪਰ ਅੱਜ ਸਥਿਤੀ ਇਹ ਚਲੀ ਗਈ ਆ ਕਿ ਸ਼੍ਰੋਮਣੀ ਕਮੇਟੀ ਦੀ ਸਥਿਤੀ ਵੀ, ਸ਼੍ਰੋਮਣੀ ਕਮੇਟੀ ਤਖਤਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ, ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਅਕਾਲੀ ਦਲ ਕੋਲ ਹੈ। ਅਤੇ ਅਕਾਲੀ ਦਲ ਇੰਡੀਅਨ ਵੋਟ ਪੋਲੀਟਿਕਸ ਦੇ ਵਿੱਚ ਸਾਰੇ ਹੀ ਆਪਣੇ ਜਿੰਨੇ ਵੀ ਉਹਨਾਂ ਦੀਆਂ ਲੋੜਾਂ ਹੁੰਦੀਆਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਹੀ ਤਖਤਾਂ ਦੇ ਫੈਸਲੇ ਕਰਾਉਂਦਾ। ਤੋ ਜਿਹੜਾ ਸਿੱਖਾਂ ਦੀ ਵੋਟ ਪੋਲੀਟਿਕਸ ਦੇ ਵਿੱਚ ਨੁਮਾਇੰਦਗੀ ਹੋਣੀ ਆ, ਉਹਦੇ ਵਿੱਚ ਵੀ ਹੁਣ ਇਹ ਹੋ ਗਿਆ ਕਿ ਵੋਟਾਂ ਦਾ ਰਾਜ ਹੈ ਅਤੇ ਉਸ ਰਾਜ ਦੇ ਚੱਲਦਿਆਂ ਸਿੱਖਾਂ ਦੀਆਂ ਆਸਾਂ ਉਮੰਗਾਂ ਅਨੁਸਾਰ ਰਾਜਨੀਤੀ ਕਰਨ ਵਾਲੀ ਕੋਈ ਧਿਰ ਨਹੀਂ ਰਹਿ ਗਈ ਹੈ। ਉਹ ਵੀ ਜਿੱਦਾਂ ਦਿੱਲੀ ਵਾਲੇ ਚਾਹੁੰਦੇ ਨੇ ਉਸ ਤਰ੍ਹਾਂ ਹੀ ਰਾਜਨੀਤੀ ਕਰਦੇ ਨੇ। ਉਹਦੀ ਵਜ੍ਹਾ ਇਹ ਆ ਕਿ ਕਿਰਦਾਰ ਇੰਨੇ ਬੌਣੇ ਨੇ, ਅੱਜ ਆਹ ਇਲੈਕਟ੍ਰੋਨਿਕਸ ਦੇ ਸਾਧਨ ਬਹੁਤ ਹੋ ਗਏ ਆ, ਸਾਰਿਆਂ ਦੀਆਂ ਕਮਜ਼ੋਰੀਆਂ ਲੀਡਰਾਂ ਛੋਟਿਆਂ ਬੜਿਆਂ ਦੀਆਂ ਫੜ ਕੇ ਰੱਖ ਲੈਂਦੇ ਆ ਅਤੇ ਉਹ ਦਿਖਾ ਦਿੰਦੇ ਆ ਕਿ ਸਾਡੇ ਮੁਤਾਬਕ ਚੱਲਣਾ ਹੈ ਕਿ ਆਹ ਜਾਰੀ ਹੋਵੇ। ਅਤੇ ਦੂਜੀ ਗੱਲ ਇਹ ਕਰਦੇ ਆ, ਸਾਰਿਆਂ ਦੇ ਨਾਲ ਅਫਸਰਾਂ ਨੂੰ ਜੋੜ ਦਿੰਦੇ, ਅਫਸਰ ਹੈ ਹੀ ਸਾਰੇ ਵੱਡਾ ਹਿੱਸਾ ਕਰਪਸ਼ਨ ਦਾ, ਮਤਲਬ ਨਾ ਹੀ ਅਫਸਰਸ਼ਾਹੀ ਹੈ ਹੁਣ। ਅਤੇ ਉਹ ਸਾਰੇ ਲੀਡਰਾਂ ਨੂੰ ਸਭ ਤੋਂ ਪਹਿਲਾਂ ਇਹ ਸਿਖਾਲਦੇ ਆ ਵੀ ਪੈਸਾ ਕਿੱਥੋਂ ਬਣਨਾ। ਲੀਡਰਾਂ ਤਾਂ ਆਪਣਿਆਂ ਨੂੰ ਪਤਾ ਹੀ ਆ ਵੀ ਆਪਾਂ ਨੂੰ ਸਾਰੇ ਕਿੰਨੇ ਕੁ ਅਕਲ ਦੇ ਮਾਲਕ ਹੈਗੇ ਇਹ। ਤੋ ਉਹ ਪਹਿਲਾਂ ਕਰਪਟ ਕਰਦੇ ਆ, ਕਰਪਟ ਕਰਕੇ ਫਿਰ ਵਿਜੀਲੈਂਸ ਰਾਹੀਂ ਉਹਨਾਂ ਦੀਆਂ ਫਾਈਲਾਂ ਬਣਾ ਲੈਂਦੇ ਆ ਅਤੇ ਮੁੜ ਕੇ ਉਹਨਾਂ ਦੇ ਥੱਲੇ ਹੀ ਚੱਲਦੇ ਆ। ਤੋ ਅੱਜ 100 ਸਾਲ ਬਾਅਦ ਵੀ ਉੱਥੇ ਸਥਿਤੀ ਆ ਕੇ ਖੜ੍ਹੀ ਆ ਕਿ ਸਿੱਖ ਸੰਗਤ ਦੀ ਸਹੀ ਨੁਮਾਇੰਦਗੀ ਨਾ ਤਾਂ ਇਹ ਜਿਹੜੀਆਂ ਵੋਟਾਂ ਵਾਲੀਆਂ ਪਾਰਟੀਆਂ ਅਤੇ ਸੰਸਥਾਵਾਂ ਨੇ ਉਹਨਾਂ 'ਚ ਸਹੀ ਹੋ ਰਹੀ ਆ, ਨਾ ਜਿਹੜੀਆਂ ਪੰਥ ਦੀਆਂ ਆਪਣੀਆਂ ਸੰਸਥਾਵਾਂ ਨੇ ਉਹਨਾਂ 'ਚ ਸਹੀ ਹੋ ਰਹੀ ਆ। ਤੋ ਇਹ ਅੱਜ ਸਾਡੇ ਲਈ ਸਭ ਤੋਂ ਵੱਡਾ ਚੈਲੇਂਜ ਹੈ। ਤੋ ਇਹ ਮੈਂ ਸਮਝਣਾ ਕਿ ਅੱਜ ਸਿੱਖਾਂ ਨੂੰ ਇਸ ਗੱਲ ਦਾ ਬਾਰੇ ਵਿਚਾਰ ਕਰਨਾ ਪੈਣਾ ਹੈ ਕਿ ਜਿਹੜੇ ਜਥੇਬੰਦੀਆਂ ਨੇ ਜਾਂ ਜਿਹੜੇ ਲੀਡਰਾਂ ਨੇ ਪੰਥਕ ਸੰਸਥਾਵਾਂ ਦੇ ਰਾਹੀਂ ਸਿੱਖਾਂ ਦੀ ਨੁਮਾਇੰਦਗੀ ਕਰਨੀ ਆ, ਉਹਨਾਂ ਨੂੰ ਸਾਨੂੰ ਉਸ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਵੋਟਾਂ ਵਾਲੀਆਂ ਪਾਰਟੀਆਂ ਤੋਂ ਮੁਕਤ ਕਰਾਉਣਾ ਪੈਣਾ। ਜਿੰਨਾ ਟਾਈਮ ਤੱਕ ਤੁਸੀਂ ਸਿੱਖਾਂ ਦੀ ਸੰਸਥਾਵਾਂ ਦਾ ਪ੍ਰਬੰਧ ਵੋਟਾਂ ਵਾਲੀਆਂ ਪਾਰਟੀਆਂ ਤੋਂ ਮੁਕਤ ਨਹੀਂ ਕਰਾਉਂਗੇ ਤਾਂ ਤਖਤਾਂ ਤੋਂ ਸਿੱਖਾਂ ਦੀ ਮਰਜ਼ੀ ਦਾ ਪ੍ਰਗਟਾਓ ਹੋਣਾ ਨਹੀਂ ਹੈ।
ਉਹਨਾਂ ਨੇ ਆਪਣੀਆਂ ਵੋਟਾਂ ਦੇ ਹਿਸਾਬ ਦੇ ਨਾਲ ਹੀ ਫੈਸਲੇ ਲੈਣੇ ਨੇ। ਆਪਾਂ ਹੁਣ ਵੀ ਦੇਖਿਆ ਕਿ ਇੰਨਾ ਕ੍ਰਾਈਸਿਸ ਚੱਲ ਰਿਹਾ, ਅਕਾਲ ਤਖ਼ਤ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਮਹਾਰਾਜ ਦਾ ਸਰੂਪ ਹੀ ਆਪਦੀ ਮਰਜ਼ੀ ਦੇ ਨਾਲ ਛਾਪ ਦਿੱਤਾ ਕਿਸੇ ਮਨੁੱਖ ਨੇ, ਉਹ ਕਿਸ ਕਰਕੇ ਛਪਿਆ? ਉਹ ਇਸ ਕਰਕੇ ਛਪ ਗਿਆ ਕਿ ਅੱਜ ਉਹਨਾਂ ਨੂੰ ਪਤਾ ਹੈ ਕਿ ਪੰਥ ਦਾ ਜਾਹੋ ਜਲਾਲ ਉਸ ਤਰ੍ਹਾਂ ਰਿਹਾ ਨਹੀਂ ਹੈ। ਕਿਉਂ? ਇਹ ਨਹੀਂ ਹੈ ਕਿ ਸਿੱਖਾਂ 'ਚ ਸੂਰਵੀਰ ਨਹੀਂ ਹੈ, ਸਿੱਖਾਂ 'ਚ ਵੱਡੇ ਯੋਧੇ ਨਹੀਂ ਹੈ, ਹੈ, ਪਰ ਸਿੱਖਾਂ ਦੀ ਮਰਜ਼ੀ ਦਾ ਪ੍ਰਗਟਾਓ ਸੂਤਰਬੱਧ ਰੂਪ 'ਚ, ਜਥੇਬੰਦ ਰੂਪ ਦੇ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਪ੍ਰਗਟ ਹੋਣਾ। ਉਹਨਾਂ ਨੂੰ ਪਤਾ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਉਸ ਤਰ੍ਹਾਂ ਦੇ ਫੈਸਲੇ ਆਉਣੇ ਹੀ ਨਹੀਂ ਹਨ। ਅਤੇ ਬੜੇ ਆਰਾਮ ਦੇ ਨਾਲ ਮਨੁੱਖ ਮਹਾਰਾਜ ਦੇ ਸਰੂਪਾਂ ਦੇ ਵਿੱਚ ਹੀ ਬਦਲੀ ਕਰਨ ਦਾ ਹਈਆ ਕਰ ਰਹੇ। ਔਰ ਤਖ਼ਤ 'ਤੇ ਗਏ, ਸਾਰਿਆਂ ਨੂੰ ਸੱਦਦੇ, ਜੋ ਪੰਥ ਦੀ ਮਰਿਆਦਾ ਗੁਰਮਤਾ ਕਰਨ ਦੀ ਕੋਈ ਮਤਲਬ ਨਹੀਂ ਹੈ, ਬਾਕੀ ਜੋ ਦੁਨੀਆਦਾਰੀ ਵਾਂਗ ਭਾਸ਼ਣ ਹੋਏ ਚਲੋ ਜੀ, ਜੋ ਠੀਕ ਹੈ, ਕਿਸੇ ਨੂੰ ਕੋਈ ਦੀਰਘ ਵਿਚਾਰ ਤੋਂ ਬਿਨਾਂ ਐਡੇ ਵੱਡੇ ਮਸਲੇ 'ਤੇ ਵੀ ਰਫਾ ਦਫਾ ਹੀ ਹੋ ਗਿਆ ਕੰਮ। ਦੋ ਬੰਦਿਆਂ ਨੇ ਬਰਾਬਰ ਕਸੂਰ ਕੀਤਾ। ਇੱਕ ਬੰਦੇ ਨੂੰ ਕਹਿਤਾ ਵੀ ਤੂੰ ਭਾਈ, ਤੂੰ ਨਹੀਂ ਤਨਖਾਹੀਆ ਹੈ, ਉਹ ਥੋੜ੍ਹਾ ਜ਼ਿਆਦਾ ਪਾਵਰਫੁੱਲ ਹੈ, ਵੀ ਤੂੰ ਆ ਕੇ ਚੱਲ ਆਪਣਾ ਪੱਖ ਵੀ ਸਪਸ਼ਟ ਕਰ ਜਾ। ਉਹ ਕਿਉਂ ਹੋ ਰਿਹਾ? ਉਹ ਇਸ ਕਰਕੇ ਹੋ ਰਿਹਾ ਕਿ ਤਖ਼ਤਾਂ ਤੋਂ ਜਿਹੜੀ ਸਾਡੀ ਨੁਮਾਇੰਦਗੀ ਹੋ ਰਹੀ ਆ, ਉਹਨਾਂ ਦੇ ਮਨੁੱਖਾਂ ਦੇ ਵੋਟ ਸਿਆਸਤ ਦੇ ਵਿੱਚ ਇੰਟਰਸਟ ਪਏ ਨੇ। ਤਾਂ ਅੱਜ ਸਾਨੂੰ ਇਹ ਸਟਰਗਲ ਕਰਨੀ ਪੈਣੀ ਆ ਕਿ ਪੰਥ ਦੀਆਂ ਸੰਸਥਾਵਾਂ ਦੇ ਉੱਤੇ ਉਹਨਾਂ ਜਥਿਆਂ, ਉਹਨਾਂ ਮਨੁੱਖਾਂ ਨੂੰ ਸੇਵਾ ਮਿਲਣੀ ਚਾਹੀਦੀ ਹੈ ਜਿਹੜੇ ਇਸ ਵੋਟ ਪੋਲੀਟਿਕਸ ਦੀ ਬਿਮਾਰੀ ਤੋਂ ਮੁਕਤ ਹੋਣ। ਸੋ ਮੈਂ ਇਹ ਸਮਝਣਾ, ਵੱਡਾ ਹਿੱਸਾ ਸਿੱਖਾਂ ਦਾ ਹੁਣ ਬੇਚੈਨ ਹੈ, ਨਵੇਂ ਰਾਹ ਨਿਕਲਣੇ ਨੇ, ਨਵੇਂ ਰਾਹ ਤਦੇ ਹੀ ਨਿਕਲਣੇ ਨੇ ਜੇ ਅਸੀਂ ਗੁਰਮਤ ਦੇ ਅਨੁਸਾਰ ਔਰ ਆਪਣੀ ਰਵਾਇਤ ਦੇ ਅਨੁਸਾਰ ਚੱਲਾਂਗੇ। ਜੇ ਆਪਾਂ ਆਪਣੀ ਗੁਰਮਤ ਰਵਾਇਤ ਅਨੁਸਾਰ ਨਹੀਂ ਚੱਲਾਂਗੇ ਤਾਂ ਆਰਜ਼ੀ ਰਾਹ ਹੀ ਨਿਕਲਣੇ ਨੇ, ਅਤੇ ਉਹਨਾਂ ਆਰਜ਼ੀ ਰਾਹਾਂ ਦੇ ਵਿੱਚ ਫਿਰ ਹੋਰ ਸਾਲ ਦੋ ਸਾਲ ਨੂੰ ਖੁਆਰੀਆਂ ਹੀ ਹੋਣੀਆਂ ਨੇ। ਤਾਂ ਮਹਾਰਾਜ ਕਿਰਪਾ ਕਰਨ, ਸਮਤ ਬਖਸ਼ਣ ਆਪਾਂ ਨੂੰ ਸਾਰਿਆਂ ਨੂੰ ਕਿ ਆਪਾਂ ਗੁਰਮਤ ਅਤੇ ਸਿੱਖ ਇਤਿਹਾਸ ਅਤੇ ਪੰਥਕ ਰਵਾਇਤਾਂ ਜਿਹੜੀਆਂ ਆਪਾਂ ਭੁੱਲ ਵਿਸਾਰ ਦਿੱਤੀਆਂ ਨੇ ਇਸ ਦੁਨਿਆਵੀ ਵਿੱਦਿਆ ਦੇ ਕਰਕੇ, ਉਹਨਾਂ ਨੂੰ ਆਪਾਂ ਜਾਣੀਏ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲੀਏ ਅਤੇ ਉਹਦੇ ਅਨੁਸਾਰ ਸਾਡਾ ਅਮਲ ਹੋ ਸਕੇ, ਤਾਂ ਕਿ ਗੁਰੂ ਖਾਲਸਾ ਪੰਥ ਦੀ ਜਿਹੜੀ ਨਿਆਰੀ ਹੋਂਦ ਹੈ ਅਤੇ ਸੁਤੰਤਰ ਵਿਚਰਨ ਦੀ ਉਹਨਾਂ ਦੀ ਖਾਹਿਸ਼ ਹੈ ਉਹ ਪੂਰਨ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।